السلام عليكم ورحمة الله وبركاته. الحمد لله، الحمد لله نحمده ونستعينه ونستغفره ونؤمن به ونتوكل عليه ونعوذ بالله من شرور أنفسنا ومن سيئات أعمالنا، من يهده الله فلا مضل له ومن يضلله فلا هادي له. أشهد أن لا إله إلا الله وحده لا شريك له، ونشهد أن محمدا عبده ورسوله. أما بعد، فإن خير الحديث كتاب الله وخير الهدي هدي محمد صلى الله عليه وسلم، وشر الأمور محدثاتها وكل محدثة بدعة وكل بدعة زلالة وكل زلالة في النار. أما بعد، فأعوذ بالله من الشيطان الرجيم. بسم الله الرحمن الرحيم. إنما يريد الله ليذهب عنكم الرجس أهل البيت ويطهركم تطهيرا. اہل ایمان دی پہچان ہے حسین، اہل ایمان دی پہچان ہے حسین، نبوی گرانے دا فیضان ہے حسین، اہل ایمان دی پہچان ہے حسین، نبوی گرانے دا فیضان ہے حسین. نانا نبی ہے جس دا بابا علی ہے جس دا، نانا نبی ہے جس دا بابا علی ہے جس دا، دل دا او حکمران ہے حسین، اہل ایمان دی پہچان ہے حسین. جس دے لباتے بوسے دین دے ہن آقا، پیار جی دے نال خوب کرین دے ہن آقا. او ہے امام سونا، او ہے امام سونا، عالی مقام سونا، او ہے امام سونا، عالی مقام سونا، بخت دا اچا آسمان ہے حسین. اہل ایمان دی
ਅਹਲੇ ਈਮਾਨ ਦੀ ਪਹਿਚਾਨ ਹੈ ਹੁਸੈਨ, ਨਬਵੀ ਘਰਾਨੇ ਦਾ ਫੈਜ਼ਾਨ ਹੈ ਹੁਸੈਨ, ਜ਼ਹਰਾ ਨੇ ਜਿਸ ਨੂੰ ਆਪਣਾ ਖੀਰ ਪਿਲਾਇਆ ਹੈ, ਲੋਰੀਆਂ ਦੇ ਵਿੱਚ ਕੁਰਆਂ ਪੜ੍ਹ ਕੇ ਸੁਣਾਇਆ ਹੈ, ਜ਼ਹਰਾ ਨੇ ਜਿਸ ਨੂੰ ਆਪਣਾ ਖੀਰ ਪਿਲਾਇਆ ਹੈ, ਲੋਰੀਆਂ ਦੇ ਵਿੱਚ ਲੋਰੀਆਂ ਦੇ ਵਿੱਚ ਲੋਰੀਆਂ ਦੇ ਵਿੱਚ ਕੁਰਆਂ ਪੜ੍ਹ ਕੇ ਸੁਣਾਇਆ ਹੈ, ਉਸਨੂੰ ਹੁਸੈਨ ਆਂਦੇ, ਉਸਨੂੰ ਹੁਸੈਨ ਆਂਦੇ, ਦਿਲਾਂ ਦਾ ਚੈਨ ਆਂਦੇ, ਉਹਨੂੰ ਹੁਸੈਨ ਆਂਦੇ, ਦਿਲਾਂ ਦਾ ਚੈਨ ਆਂਦੇ, ਸਾਡਾ ਯਕੀਨ ਤੇ ਈਮਾਨ ਹੈ ਹੁਸੈਨ, ਅਹਲੇ ਈਮਾਨ ਦੀ ਅਹਲੇ ਈਮਾਨ ਦੀ ਪਹਿਚਾਨ ਹੈ ਹੁਸੈਨ, ਨਬਵੀ ਘਰਾਨੇ ਦਾ ਫੈਜ਼ਾਨ ਹੈ ਹੁਸੈਨ, ਜਿਸ ਦੇ ਨਾਮ ਤੇ ਦੁਨੀਆ ਫਖਰ ਕਰੇਂਦੀ ਏ, ਓਏ ਜੀ ਦੇ ਨਾਮ ਤੇ ਦੁਨੀਆ ਫਖਰ ਕਰੇਂਦੀ ਏ, ਆਪਣੇ ਬੱਚਿਆਂ ਦੇ ਨਾਮ ਹੁਸੈਨ ਰੱਖੇਂਦੀ ਏ, ਉਹ ਹੈ ਅਸਾਸਾ ਸੈਂਦਾ ਸੋਨਾ ਨਵਾਸਾ ਸੈਂਦਾ, ਉਹ ਹੈ ਅਸਾਸਾ ਸੈਂਦਾ ਸੋਨਾ ਨਵਾਸਾ ਸੈਂਦਾ, ਰੱਬ ਦਾ ਖਸੂਸੀ ਇਹਸਾਨ ਹੈ ਹੁਸੈਨ, ਅਹਲੇ ਈਮਾਨ ਦੀ ਅਹਲੇ ਈਮਾਨ ਦੀ ਪਹਿਚਾਨ ਹੈ ਹੁਸੈਨ, ਨਬਵੀ ਘਰਾਨੇ ਦਾ ਫੈਜ਼ਾਨ ਹੈ ਹੁਸੈਨ, ਨਾਜ਼ਾਂ ਦੇ ਨਾਲ ਜਿਸ ਨੂੰ ਪਾਲਿਆ ਨਬੀ ਸੋਨੇ, ਨਾਜ਼ਾਂ ਦੇ ਨਾਲ ਹੈ ਜਿਸ ਨੂੰ ਪਾਲਿਆ ਨਬੀ ਸੋਨੇ, ਕੀਤੀ ਤਰਬੀਅਤ ਸੋਹਣੀ ਜਿਸ ਦੀ ਅਲੀ ਸੋਨੇ, ਉਸਨੂੰ ਬੁਲਾਇਆ ਜਿੰਨਾ, ਉਸਨੂੰ ਬੁਲਾਇਆ ਜਿੰਨਾ ਕਤਲ ਕਰਾਇਆ ਜਿੰਨਾ, ਉਸਨੂੰ ਬੁਲਾਇਆ ਜਿੰਨਾ ਕਤਲ ਕਰਾਇਆ ਜਿੰਨਾ, ਉਹਨਾਂ ਨੇ ਤੇ ਕੀਤਾ ਹੈ ਨੁਕਸਾਨ ਹੁਸੈਨ, ਅਹਲੇ ਈਮਾਨ ਦੀ ਅਹਲੇ ਈਮਾਨ ਦੀ ਪਹਿਚਾਨ ਹੈ ਹੁਸੈਨ, ਨਬਵੀ ਘਰਾਨੇ ਦਾ ਫੈਜ਼ਾਨ ਹੈ ਹੁਸੈਨ, ਅਸਾਂ ਤਾਂ ਨਬੀ ਦੀ ਆਲ ਤੇ ਅਹਲ ਦੇ ਨੌਕਰ ਹਾਂ, ਅਸਾਂ ਤਾਂ ਨਬੀ ਦੀ ਆਲ ਤੇ ਅਹਲ ਦੇ ਨੌਕਰ ਹਾਂ, ਮੰਨਦੇ ਸਦਾ ਉਹਨਾਂ ਨੂੰ ਅਸੀਂ ਆਪਣਾ ਰਹਿਬਰ ਹਾਂ, ਉਮਰ ਹੈ ਪੀਰ ਸਾਡਾ, ਉਮਰ ਹੈ ਪੀਰ ਮੇਰਾ, ਉਮਰ ਹੈ ਪੀਰ ਸਾਡਾ ਹਸਨ ਅਮੀਰ ਸਾਡਾ, ਉਮਰ ਹੈ ਪੀਰ ਮੇਰਾ ਹਸਨ ਹੈ ਅਮੀਰ ਮੇਰਾ, ਉਮਰ ਹੈ ਪੀਰ ਮੇਰਾ ਹਸਨ ਅਮੀਰ ਮੇਰਾ, ਉਹ ਮੇਰੀ ਗੁਫ਼ਤਗੂ ਦਾ ਉਨਵਾਨ ਹੈ ਹੁਸੈਨ, ਅਹਲੇ ਈਮਾਨ ਦੀ ਅਹਲੇ ਈਮਾਨ ਦੀ ਪਹਿਚਾਨ ਹੈ ਹੁਸੈਨ, ਨਬਵੀ ਘਰਾਨੇ ਦਾ ਫੈਜ਼ਾਨ ਹੈ ਹੁਸੈਨ, ਹਰ ਕਿਸਮ ਦੀ ਹਮਦੋ ਸਨਾ ਤਾਰੀਫ ਕੀ ਬਰਿਆਈ ਬਰਹਾਈ ਬਾਦਸ਼ਾਹੀ ਸ਼ਹਿਨਸ਼ਾਹੀ ਦਸਤਗਾਰੀ, ਅੱਲਾਹ ਵਾਹਦਹੂ ਲਾ ਸ਼ਰੀਕ ਜੋ ਕੁੱਲ ਕਾਇਨਾਤ ਦਾ ਦਾਤਾ ਰਾਜ਼ਿਕ ਗੰਜ ਬਖਸ਼ ਹੈ, ਉਸ ਅੱਲਾਹ ਵਾਹਦਹੂ ਲਾ ਸ਼ਰੀਕ ਦੀ ਅਜ਼ੀਮ ਉਲ ਬਰਕਤ ਜ਼ਾਤ ਪਾਕ ਵਾਸਤੇ ਹੈ, ਦਰੂਦ ਓ ਸਲਾਮ ਆਕਾ ਦੋ ਜਹਾਂ ਸੈਦ ਆਜ਼ਮ ਮੁਰਸ਼ਦ ਆਜ਼ਮ ਆਮਿਨਾ ਦੇ ਲਾਲ ਪੈਕ ਕਰੇ ਹੁਸਨ ਓ ਜਮਾਲ ਸਾਹਿਬ ਸ਼ਰਫ ਓ ਕਮਾਲ ਪੂਰੀ ਕਾਇਨਾਤ ਸਰਦਾਰ ਮੇਰੇ ਔਰ ਤੁਸਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹੀ ਵਆਲਿਹੀ ਵਸੱਲਮ ਦੀ ਅਜ਼ੀਮ ਉਲ ਬਰਕਤ ਜ਼ਾਤ ਪਾਕ ਵਾਸਤੇ ਖਾਸ ਹੈ, ਹਮਦੋ ਸਨਾ ਔਰ ਦਰੂਦ ਓ ਸਲਾਮ ਤੋਂ ਬਾਅਦ ਹਜ਼ਰਾਤ ਅੱਜ ਦਾ ਜੋ ਦੌਰ ਜਾ ਰਿਹਾ ਹੈ ਇਸ ਦੌਰ ਦੇ ਅੰਦਰ ਸਾਡੇ ਅਹਿਲੇ ਹਦੀਸਾਂ ਦੇ ਮੁਤਲਕ ਲੋਕ ਕਹਿੰਦੇ ਨੇ ਕਿ ਅਹਲੁਲ ਹਦੀਸ ਅਹਲੇ ਬੈਤ ਦੇ ਨਾਲ ਮੁਹੱਬਤ ਨਹੀਂ ਕਰਦੇ, ਔਰ ਇਹ ਬਾਤ ਬਿਲਕੁਲ ਮਨ ਗਰਟ ਹੈ, ਅਹਲੇ ਹਦੀਸ ਸ਼ੁਰੂ ਤੋਂ ਅਹਲੇ ਬੈਤ ਦੇ ਨਾਲ ਮੁਹੱਬਤ ਕਰਦੇ ਆਏ ਨੇ, ਹੁਣ ਵੀ ਕਰ ਰਹੇ ਨੇ ਔਰ ਕਿਆਮਤ ਦੀਆਂ ਦੀਵਾਰਾਂ ਤੱਕ ਕਰਦੇ ਰਹਿਣਗੇ ਇਨਸ਼ਾਅੱਲਾ। ਤੁਸੀਂ ਕਹੋਗੇ ਗੱਲਾਂ ਨੇ ਗੱਲਾਂ ਜਿੰਨੀਆਂ ਮਰਜ਼ੀ ਬੰਦਾ ਬਣਾ ਲਏ, ਇਹਦੀ ਇੱਕ ਆਮ ਝਟਕੀ ਜੀ ਦਲੀਲ ਮੈਂ ਦੇਣਾ, ਇਨਸਾਨ ਆਪਣੇ ਘਰ ਪੈਦਾ ਹੋਣ ਵਾਲੀ ਔਲਾਦ ਦੇ ਨਾਮ
ਉਹਨਾਂ ਲੋਕਾਂ ਦੇ ਨਾਮਾਂ ਦੇ ਨਾਲ ਮਿਲਾ ਕੇ ਰੱਖਦਾ ਹੈ ਜਿਹੜੇ ਲੋਕ ਉਹਨੂੰ ਮੁਹਿੱਬ ਹੁੰਦੇ ਨੇ, ਜਿਹੜੇ ਲੋਕਾਂ ਦੇ ਨਾਲ ਉਹਨੂੰ ਪਿਆਰ ਹੁੰਦਾ ਹੈ, ਜਿਹੜੇ ਲੋਕਾਂ ਦੇ ਨਾਲ ਦਿਲੀ ਉਲਫਤ ਹੁੰਦੀ ਹੈ। ਹੁਣ ਸਾਡੇ ਅਹਿਲ ਹਦੀਸਾਂ ਦੇ ਕਿੰਨੇ ਐਸੇ ਉਲਾਮਾ ਨੇ ਜਿਨ੍ਹਾਂ ਦੇ ਨਾਮ ਅਹਲੇ ਬੈਤ ਦੇ ਨਾਮਾਂ ਦੇ ਨਾਲ ਮਿਲਦੇ ਨੇ। ਇਹਦੀ ਮੋਟੀ ਜਿਹੀ ਮਿਸਾਲ ਹੈ ਸਾਡੇ ਸ਼ੇਖੂਪੁਰਾ ਦੇ ਖਤੀਬ ਸਨ, ਜਿਨ੍ਹਾਂ ਨੂੰ ਲੋਕ ਸ਼ੇਖੁਲ ਕੁਰਾਨ ਰਹਿਮਤੁੱਲਾਹ ਅਲੈਹ ਕਹਿੰਦੇ ਸਨ। ਉਹਨਾਂ ਦਾ ਨਾਮ ਸੀ ਮੁਹੰਮਦ ਹੁਸੈਨ ਸ਼ੇਖੂਪੁਰੀ ਰਹਿਮਹੁੱਲਾ। ਹਜ਼ਰਤ ਹੁਸੈਨ ਰਜ਼ੀ ਅੱਲਾਹੁ ਤਾਲਾ ਅਨ ਦੇ ਨਾਮ ਦੇ ਨਾਲ ਨਿਸਬਤ। ਫਿਰ ਇੱਕ ਸਾਡੇ ਆਲਮ ਗੁਜ਼ਰੇ ਨੇ ਨਵਾਬ ਸਦੀਕੁਲ ਹਸਨ ਖਾਨ ਰਹਿਮਤੁੱਲਾਹ ਅਲੈਹ, ਹਜ਼ਰਤ ਹਸਨ ਰਜ਼ੀ ਅੱਲਾਹੁ ਤਾਲਾ ਅਨ ਦੇ ਨਾਮ ਦੇ ਨਾਲ ਨਿਸਬਤ। ਇਸੇ ਹੀ ਤਰ੍ਹਾਂ ਸਾਡੀ ਜਮਾਤ ਅਹਿਲੇ ਹਦੀਸ ਦੇ ਬਹੁਤ ਬੜੇ ਸ਼ਾਇਰ ਔਰ ਐਸੇ ਸ਼ਾਇਰ ਕਿ ਉਹਨਾਂ ਦੇ ਸ਼ੇਰ ਮਸਲਕ ਅਹਿਲੇ ਹਦੀਸ ਤੋਂ ਇਲਾਵਾ ਦੂਸਰੇ ਮਸਾਲਿਕ ਵਾਲੇ ਵੀ ਉਹਨਾਂ ਦੀਆਂ ਨਾਤਾਂ ਨਜ਼ਮਾਂ ਅਸ਼ਾਰ ਲਿਖੇ ਹੋਏ ਪਰਦੇ ਨੇ। ਹਜ਼ਰਤ ਮੌਲਾਨਾ ਮਨਜ਼ੂਰ ਅਹਿਮਦ ਸਾਹਿਬ ਹਾਫਿਜ਼ਹੁੱਲਾ ਉਹਨਾਂ ਗੱਲ ਸੁਣਾਈ, ਆਉਂਦੇ ਨੇ ਕਿ ਇੱਕ ਹਾਫਿਜ਼ਾਬਾਦ ਦਾ ਬੰਦਾ ਹੈ ਸ਼ਬੀਰ ਸ਼ਾਹ, ਉਹਨੇ ਮੈਨੂੰ ਘਰ ਖਾਣੇ 'ਤੇ ਬੁਲਾਇਆ, ਦਾਵਤ 'ਤੇ ਬੁਲਾਇਆ। ਮੈਂ ਚਲੇ ਗਿਆ ਅਤੇ ਮੈਨੂੰ ਆਉਂਦਾ ਮੌਲਾਨਾ ਮਨਜ਼ੂਰ ਸਾਹਿਬ, ਮੈਂ ਤੁਹਾਨੂੰ ਅੱਜ ਇੱਕ ਹੁੱਬੇ ਰਸੂਲ ਜਿਹੜਾ ਅਸਲ ਵਿੱਚ ਨਬੀ ਨਾਲ ਮੁਹੱਬਤ ਕਰਨ ਵਾਲਾ ਉਹਦੀ ਲਿਖੀ ਕਿਤਾਬ ਦਿਖਾਉਣੀ ਹੈ। ਮੈਂ ਕਿਹਾ ਚੱਲ ਭਾਈ ਵਿਖਾ ਫਿਰ ਕੌਣ ਹੈ? ਆਉਂਦੇ ਤਾਂ ਮੈਨੂੰ ਇਹੀ ਕੋਈ ਆਪਣੇ ਕਿਸੇ ਆਲਮ ਖਤੀਬ ਦੀ ਕਿਤਾਬ ਵਿਖਾਏਗਾ। ਆਉਂਦੇ ਨੂੰ ਕਿਤਾਬ ਲੈ ਕੇ ਆ ਰਿਹਾ, ਨਾਲ ਪਿਆਰ ਦੇ ਨਾਲ ਉਸ ਕਿਤਾਬ ਦੇ ਉੱਤੇ ਇਸ ਤਰ੍ਹਾਂ ਹੱਥ ਪਿਆ ਮਾਰ ਰਿਹਾ। ਆਉਂਦਾ ਮੌਲਾਨਾ ਇਹ ਜਿਸ ਬੰਦੇ ਲਿਖੀ ਗਏ ਹਕੀਕਤ ਦੇ ਅੰਦਰ ਹੁੱਬੇ ਰਸੂਲ ਦਾ ਹੋਣ ਦਾ ਹੱਕ ਅਦਾ ਕਰ ਦਿੱਤਾ, ਨਬੀ ਦੇ ਨਾਲ ਮੁਹੱਬਤ ਦਾ ਹੱਕ ਅਦਾ ਕਰ ਦਿੱਤਾ। ਉਹ ਜਦੋਂ ਨਾ ਕਿਤਾਬ ਦੇਖੀ ਨਾ, ਉਹ ਸੀ ਬਾਬਾ ਜੀ ਸ਼ਮਸ਼ਾਮ ਰਹਿਮਤੁੱਲਾਹ ਅਲੈਹ ਦੀ। ਆਮ ਲਫਜ਼ਾਂ ਦੇ ਅੰਦਰ ਉਹਨਾਂ ਨੂੰ ਬਾਬਾ ਜੀ ਸ਼ਮਸ਼ਾਮ ਕਿਹਾ ਜਾਂਦਾ, ਲੇਕਿਨ ਹਕੀਕਤ ਦੇ ਅੰਦਰ ਉਹਨਾਂ ਦਾ ਨਾਮ ਹੈ ਅਲੀ ਮੁਹੰਮਦ ਸ਼ਮਸ਼ਾਮ, ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਦੇ ਨਾਮ ਦੇ ਨਾਲ ਨਿਸਬਤ। ਹਜ਼ਰਤ ਅਲਾਮਾ ਸ਼ਹੀਦ ਮਿਲਤ ਅਲਾਮਾ ਅਹਿਸਾਨ ਇਲਾਹੀ ਜ਼ਹੀਰ ਸ਼ਹੀਦ ਰਹਿਮਤੁੱਲਾਹ, ਉਹਨਾਂ ਦੀ ਜਿਹੜੀ ਵਾਲਿਦਾ ਮੁਹਤਰਮਾ ਸਨ ਨਾ, ਉਹਨਾਂ ਦਾ ਨਾਮ ਸੀ ਨੂਰ ਫਾਤਿਮਾ, ਸੈਯਦਾ ਫਾਤਿਮਾ ਤੁਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ ਦੇ ਨਾਮ ਦੇ ਨਾਲ ਨਿਸਬਤ। ਇਸੇ ਤਰ੍ਹਾਂ ਬਹੁਤ ਜ਼ਿਆਦਾ ਮਿਸਾਲਾਂ ਨੇ ਔਰ ਅੱਜ ਵੀ ਮੌਜੂਦਾ ਦੌਰ ਦੇ ਅੰਦਰ ਸਾਡੇ ਕਈ ਮਸਾਜਿਦ ਐਸੀਆਂ ਨੇ ਜਿਨ੍ਹਾਂ ਦੇ ਨਾਮ ਜਾਮਿਆ ਮਸਜਿਦ ਅਲੀ ਉਲ ਮੁਰਤਜ਼ਾ, ਜਾਮਿਆ ਹੁਸਨੈਨ ਬਿਨ ਅਲੀ, ਜਾਮਿਆ ਮਸਜਿਦ ਹਸਨ, ਜਾਮਿਆ ਫਾਤਿਮਾ ਤੁ ਜ਼ਹਰਾ ਔਰ ਦੀਗਰ ਨਾਮ। ਇੱਕ ਗੱਲ ਹੁਣ, ਦੂਸਰੀ ਗੱਲ ਕਿ ਲਫਜ਼ ਅਹਲੇ ਬੈਤ, ਲਫਜ਼ ਅਹਲੇ ਬੈਤ ਹੈ ਕੀ ਚੀਜ਼ ਹੈ? ਜ਼ਰਾ ਤਵੱਜਾ ਫਰਮਾਨ। ਇਨਮਾ ਯੂਰੀਦੁੱਲਾਹੁ ਲਿਯੁਜ਼ਹਿਬਾ ਅਨਕੁਮ ਰਿਜ਼ਾ ਅਹਲਲ ਬੈਤ, ਅਹਲੇ ਬੈਤ ਇਹ ਹੈ ਕੀ? ਇਹ ਹੈ ਦੋ ਮੁਰਕਬਾਂ ਦਾ ਮੁਫੀਦ। ਅਹਲ ਦਾ ਮਤਲਬ ਹੁੰਦਾ ਵਾਲੇ ਔਰ ਬੈਤ ਦਾ ਮਤਲਬ ਹੁੰਦਾ ਘਰ, ਯਾਨੀ ਅਹਲੇ ਬੈਤ ਘਰ ਵਾਲੇ। ਔਰ ਅੱਲਾਹ ਤਾਲਾ ਨੇ ਇਸ ਆਇਤ ਕਰੀਮਾ ਨੂੰ ਜਿੱਥੇ ਨਾਜ਼ਲ ਫਰਮਾਏ, ਇਸ ਤੋਂ ਪਹਿਲੇ ਜਦੋਂ ਇਸ ਆਇਤ ਦਾ ਇਹਨਾਂ ਆਯਾਤ ਦਾ ਮਸਲਾ ਤਤਹੀਰ ਦਾ ਆਗਾਜ਼ ਕੀਤਾ ਨਾ, ਅੱਲਾਹ ਨੇ ਉੱਥੇ ਵੀ ਇੱਕ ਲਫ਼ਜ਼ ਬੋਲਿਆ ਅਹਲੇ ਬੈਤ ਯਾਨੀ ਘਰ ਵਾਲੇ। ਔਰ ਅੱਜ ਤੋਂ ਕਈ ਸਾਲ ਪਿੱਛੇ ਚਲੇ ਜਾਈਏ ਨਾ, ਜਦੋਂ ਲੋਕ ਆਪਣੀਆਂ ਬੀਵੀਆਂ ਦੇ ਨਾਲ ਘਰੋਂ ਬਾਹਰ ਜਾਇਆ ਕਰਨਾ ਨਾ, ਅਤੇ ਰਸਤੇ ਦੇ ਨੇ ਕਿਸੇ ਪੁੱਛਣਾ ਨਾਲ ਤੇਰੇ ਖਾਤੂਨ ਇਹ ਕੌਣ ਹੈ? ਉਹਨੇ ਕਹਿਣਾ ਮੇਰੇ ਘਰ ਦੇ ਨੇ, ਪੰਜਾਬੀ ਅੰਦਰ ਮੇਰੇ ਜੀ ਨੇ। ਹੁਣ ਘਰ ਦੇ ਲਫ਼ਜ਼ ਹੋਇਆ ਉਰਦੂ ਦਾ, ਜੀ ਲਫ਼ਜ਼ ਘਰ ਵਾਲੀ ਲਫ਼ਜ਼ ਇਹ ਪੰਜਾਬੀ ਦਾ, ਅਹਲੇ ਬੈਤ ਲਫ਼ਜ਼ ਅਰਬੀ ਦਾ, ਇਹ ਤਿੰਨੇ ਲਫ਼ਜ਼ ਬੀਵੀ 'ਤੇ ਬੋਲੇ ਜਾਂਦੇ ਨੇ। ਹੁਣ ਅੱਲਾਹ ਤਾਲਾ ਨੇ ਮਸਲੇ ਤਤਹੀਰ ਜਿੱਥੋਂ ਸ਼ੁਰੂ ਕੀਤਾ ਨਾ, ਉੱਥੇ ਅੱਲਾਹ ਤਾਲਾ ਨੇ ਇੱਕ ਲਫ਼ਜ਼ ਫਰਮਾਇਆ ਕੀ ਫਰਮਾਇਆ? ਫਰਮਾਇਆ ਯਾ ਨਿਸਾ ਅਨ ਨਬੀ, ਐ ਨਬੀ ਕੀ ਬੀਵੀਓ। ਯਾਨੀ ਕਿ ਜਦੋਂ ਮਸਲੇ ਤਤਹੀਰ ਦਾ ਆਗਾਜ਼ ਕੀਤਾ ਹੈ, ਉੱਥੇ ਹੀ ਅੱਲਾਹ ਨੇ ਨਬੀ ਦੀ ਬੀਵੀਆਂ ਨੂੰ ਪਹਿਲੇ ਮੁਖਾਤਿਬ ਕੀਤਾ ਹੈ। ਪਤਾ ਇਹ ਲੱਗਾ ਕਿ ਕੁਰਾਨ ਪਾਕ ਦੇ ਅੰਦਰ ਜਿੱਥੇ ਵੀ ਅਹਲੇ ਬੈਤ ਦਾ ਲਫ਼ਜ਼ ਆਏਗਾ, ਘਰ ਵਾਲਿਆਂ ਦਾ ਲਫ਼ਜ਼ ਆਏਗਾ, ਉੱਥੇ ਮੇਰੇ ਪੈਗੰਬਰ ਦੀਆਂ ਬੀਵੀਆਂ ਸਭ ਤੋਂ ਪਹਿਲੇ ਸ਼ਾਮਿਲ ਨੇ। ਜ਼ਰਾ ਤਵੱਜਾ ਫਰਮਾਨਾ ਕੁਰਾਨ ਪਾਕ ਦੇ ਅਲਫਾਜ਼ ਦੀ ਤਰਫ। ਮੈਂ ਇਨਸ਼ਾਅੱਲਾ ਬੜੇ ਹੀ ਇਖਤਸਾਰ ਦੇ ਨਾਲ ਅਹਲੇ ਬੈਤ ਦੇ ਅੰਦਰ ਸ਼ਾਮਿਲ ਕੌਣ ਕੌਣ ਨੇ ਔਰ ਫਿਰ ਆਖਰ 'ਤੇ ਇਨਸ਼ਾਅੱਲਾ
حضرت حسنین کریمین رضی اللہ تعالیٰ عنہ دی شہادت تھوڑی جی نظر ڈالاں گا. میری اللہ تعالیٰ کو دعا ہے میں جو کچھ بیان کراں پروردگار عالم مجھ سمیت سانو سب نو اس تے عمل پیدا کرنے دی توفیق عطا فرمائے اور اللہ تعالیٰ شرح صدر فرمائے کتاب و سنت کے مطابق حق سچ بیان کرنے دی توفیق عطا فرمائے. پروانے او قرآن دے او میرے اور تساں دے پیر و مرشد جناب محمد صلی اللہ علیہ وسلم. اللہ تعالیٰ نے اپنے پیارے پیغمبر دے قلب اطہر تے مالک کائنات خالق ارض و سما نے قرآن نازل کیتا. فرمایا سونے محبوبہ کملی والے پاک محبوبہ وضحا دے چہرے والے آ واللیل دیاں زلفاں والے آ مازہ دے کاجل والے آ علم نشرا دے سینے والے آ تاہا دی شان والے آ مزمل دی کملی والے آ مدثر دی چادر اور کے سونے والے آ سین والقرآن الحکیم دے تاج والیا سونیا محبوبہ اینا لوگاں نو اعلان کر دیو. آواز ہوندی اے مولا فرماندے نے یا نساء النبی لستن کا احد من النساء ان اتقیتن فلا تخزان بالقول فیطمع الذی فی قلبہ مرض وقلن قولا معروفا وقرن فی بیوتکن ولا تبرجن تبرج الجاہلیۃ الاولی واقمن الصلاۃ واتین الزکاۃ واطعن اللہ ورسولہ انما یرید اللہ لیذہب عنکم الرجس اہل البیت اہل البیت اہل البیت اہل البیت ویطہرکم تطہیرا. فرمایا اے میرے نبی دیو بیویو اے میرے پیغمبر دے نکان دران والیو اے میرے پیغمبر دے بستر دے اندر آن والیو میرے پیغمبر دیو کار والیو تواڈا مقام عام نہیں تسی عام عورتاں دی برابر نہیں تواڈا مقام بڑا اچائے تواڈیاں شاناں بڑیاں ہی بلند نے. اللہ جے میرے پیغمبر دیاں بیویاں دا مقام عام نہیں اللہ انہاں دا کی مقام ہے. فرمایا محمدی اعلان کر دے النبی اولا بالمؤمنین من انفسہم و ازواجہ امہاتہم و ازواجہ امہاتہم و ازواجہ امہاتہم. فرمایا جیرے میرے پیغمبر دیاں بیویاں بن گئیاں میرے پیغمبر دے نکاح پاکیزہ اندر آ گئیاں او مومنہ دیاں ماواں بن گئیاں تے اللہ والا بڑی پیاری گل کردا اے آندا اے خالقہ تیریاں نے سب مہربانیاں مالکہ تیریاں نے سب مہربانیاں اللہ تیری شان نو ویکھا جکد کل جہان نو ویکھا اللہ تیری شان نو ویکھا جکد کل جہان نو ویکھا شان نبی دیاں بیویاں دی مالک تیرے قرآن چو ویکھا مومنا دیاں ماواں نے او مومنا دیاں ماواں نے او نال جنتاں دیاں رانیاں
ਖਾਲਕਾ ਤੇਰੀਆਂ ਨੇ ਸਭ ਮਿਹਰਬਾਨੀਆਂ। ਪਰਵਾਨੇ ਹੋ ਕੁਰਾਨ ਦੇ ਹੋ, ਮਸਲਾ ਸਮਝ ਅੰਦਰ ਆਇਆ ਕਿ ਜਿਹੜੇ ਮੋਮਨ ਨੇ ਉਹ ਨਬੀ ਦੀ ਬੀਵੀਆਂ ਨੂੰ ਮਾਵਾਂ ਸਮਝਦੇ ਨੇ। ਇਸ਼ਤਿਹਾਰਾਤ 'ਤੇ ਮੋਮਿਨੀਨ ਹਜ਼ਰਾਤ ਲਿਖਵਾ ਕੇ ਮੋਮਨ ਨਹੀਂ ਹੋਇਆ ਜਾਂਦਾ, ਐਲਾਨਾਂ 'ਤੇ ਮੋਮਿਨੀਨ ਹਜ਼ਰਾਤ ਲਿਖਵਾ ਕੇ ਮੋਮਨ ਨਹੀਂ ਹੋਇਆ ਜਾਂਦਾ, ਮੋਮਿਨੀਨ ਹਜ਼ਰਾਤ ਦੇ ਬੈਨਰ ਛਪਵਾ ਕੇ ਮੋਮਿਨ ਨਹੀਂ ਹੋਇਆ ਜਾਂਦਾ। ਮੋਮਿਨ ਹੋਣਾ ਏ ਨਬੀ ਦੀ ਬੀਵੀ ਬੀਵੀਆਂ ਨੂੰ ਮਾਵਾਂ ਮੰਨਣਾ ਪਏਗਾ। ਵੈਸੇ ਤਾਂ ਮੇਰੇ ਪੈਗੰਬਰ ਦੀ ਹਰ ਬੀਵੀ ਮੋਮਿਨ ਦੀ ਮਾਂ ਅਤੇ ਸਾਡੀ ਹਰ ਮਾਂ ਹੀ ਬੜੀ ਅਜ਼ਮਤ ਵਾਲੀ ਏ, ਬੜੀ ਓਈ ਸ਼ਾਨਾ ਵਾਲੀ ਏ। ਪਰ ਮੈਂ ਇੱਥੇ ਇੱਕ ਮਾਂ ਦਾ ਤਜ਼ਕਰਾ ਕਰਨਾ ਚਾਹੁੰਦਾ, ਕਿਹੜੀ ਮੇਰੀ ਮਾਂ ਏ? ਇਹ ਉਹ ਮਾਂ ਏ ਜਿਹਨੇ 18 ਬਰਸ ਦੀ ਉਮਰ ਦੇ ਅੰਦਰ ਅੱਲਾ ਦੇ ਕੁਰਾਨ ਨੂੰ ਜ਼ਬਾਨੀ ਯਾਦ ਕਰ ਲਿਆ। ਇਹਨੇ 18 ਬਰਸ ਦੀ ਉਮਰ ਦੇ ਅੰਦਰ 2,210 ਹਦੀਸਾਂ ਯਾਦ ਕਰ ਲਈਆਂ। ਇਹ ਉਹ ਮਾਂ ਏ ਜਿਹਨੇ 18 ਬਰਸ ਦੀ ਉਮਰ ਦੇ ਅੰਦਰ ਅੱਲਾ ਦੇ ਨਬੀ ਦੇ ਕੋਲੋਂ ਕਈ ਤਰ੍ਹਾਂ ਦੇ ਮਸਾਇਲ ਪੁੱਛ ਕੇ ਉਮਤੇ ਮੁਹੰਮਦੀਆਂ ਨੂੰ ਉਹਦੇ ਤੋਂ ਆਗਾਹ ਕਰ ਦਿੱਤਾ। ਕੀ ਨਾਂ ਇਸ ਮਾਂ ਦਾ? ਅੰਮਾ ਜੀ ਸੈਯਦਾ, ਮਾਂ ਜੀ ਤੈਯਬਾ, ਮਾਂ ਜੀ ਮੁਤਹਿਰਾ, ਮਾਂ ਜੀ ਜ਼ਾਕੀਆ, ਮਾਂ ਜੀ ਹਾਫਿਜ਼ਾ, ਮਾਂ ਜੀ ਕਾਰੀਆ, ਮਾਂ ਜੀ ਮੁਫੱਕਰਾ, ਮਾਂ ਜੀ ਮੁਹੱਦਿਸਾ, ਮਾਂ ਜੀ ਅੰਦਲੀਬਾ, ਅੰਮਾ ਜੀ ਸੈਯਦਾ ਤੈਯਬਾ, ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ। ਪਰਵਾਨੇ ਹੋ ਕੁਰਾਨ ਦੇ ਹੋ, ਮੇਰੀ ਇਹ ਮਾਂ ਦੁਨੀਆ 'ਤੇ ਵੀ ਰਹੀਏ ਅਤੇ ਜੰਨਤ ਦੇ ਅੰਦਰ ਹੀ ਰਹੀਏ। ਦਲੀਲ ਕੀ ਏ? ਸਹੀਹੁਲ ਬੁਖਾਰੀ ਦੇ ਅੰਦਰ ਆਉਂਦਾ ਏ, ਜੱਗਾਂ ਦੇ ਪੀਰ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ, ਮਾਂ ਬੈਨਾ ਬੈਤੀ ਵਾ ਮਿੰਬਰੀ ਰੌਜ਼ਤੁਮ ਮਿਨ ਰਿਆਜ਼ਿਲ ਜੰਨਾ। ਆ ਮੇਰਾ ਮਿੰਬਰ ਔਰ ਮੇਰੇ ਘਰ, ਇਹਦੇ ਦਰਮਿਆਨ ਦੀ ਸਾਰੀ ਜਗ੍ਹਾ ਇਹ ਜੰਨਤ ਦਾ ਹਿੱਸਾ ਏ। ਵਾ ਮਾਇਸ਼ਾ ਤੇਰੇ ਮੁਕਦਰਾਂ ਤੋਂ ਕੁਰਬਾਨ, ਸਾਰਾ ਜੱਗ ਵਾਰਦੇ ਹਾਂ, ਹੱਕ ਤਾਂ ਨਹੀਂ ਹੁੰਦਾ। ਮਾਇਸ਼ਾ ਦੁਨੀਆ 'ਤੇ ਵੀ ਰਹੀ ਅਤੇ ਜੰਨਤ ਦੇ ਅੰਦਰ ਅਤੇ ਮੁਹੱਬਤ ਦਾ ਪੈਗਾਮ ਦੇ ਜਾਵਾਂ। ਕੀ ਸ਼ਾਨ ਦਸਾਮੀ ਆਇਸ਼ਾ ਦਾ, ਕੀ ਸ਼ਾਨ ਦਸਾਂ ਅੰਮੀ ਆਇਸ਼ਾ ਦਾ, ਜਿਹਦੀ ਸ਼ਾਨ ਦੇ ਵਿੱਚ ਕੁਰਆਨ ਆਇਆ, ਜਿਹਦੇ ਦਾਰੇ ਅਕਦਸ 'ਤੇ ਚੱਲ ਚੱਲ ਕੇ ਜਿਬਰਾਈਲ ਵੀ ਕਰਨ ਸਲਾਮ ਆਇਆ। ਇੱਥੇ ਬੇਟੀ ਪਾਕ ਸਿੱਦੀਕ ਦੀ ਏ, ਇਹਦੇ ਸ਼ੋਹਰ ਨਬੀ ਸੁਹਾਰੇ ਨੇ, ਅਸਹਾਬ ਨਬੀ ਦੇ ਪਿਆਰੇ ਨੇ, ਜਿਨ੍ਹਾਂ ਤਨ ਮਨ ਦੀਨ ਤੋਂ ਵਾਰੇ ਨੇ। ਅਬੂ ਬਕਰ ਉਮਰ ਦੀ ਸ਼ਾਨ ਲੋਗੋ, ਕਿਵੇਂ ਬਿਆਨ ਹੋਵੇ, ਕਿਵੇਂ ਬਿਆਨ ਕਰਾਂ ਉਸਮਾਨ ਅਲੀ ਦੀ ਅਜ਼ਮਤ ਤੋਂ, ਲੱਖ ਜਾਨ ਹੋਵੇ ਕੁਰਬਾਨ ਕਰਾਂ। ਵੈਸੇ ਤਾਂ ਸਾਰੇ ਹੀਰੇ ਮੋਤੀ ਨੇ, ਆਕਾ ਦੀਆਂ ਅੱਖੀਆਂ ਦੇ ਤਾਰੇ ਨੇ, ਅਸਹਾਬ ਨਬੀ ਦੇ ਪਿਆਰੇ ਨੇ। ਆਵਾਜ਼ ਆਉਂਦੀ ਏ, ਇਨਮਾ ਯੂਰੀਦੁਲਾਹੁ ਲਿਯੁਜ਼ਹਿਬਾ ਅਨਕੁਮ ਰਿਜ਼ਾ ਅਹਲਲ ਬੈਤੀ ਵਯੁਤਹਿਰਕੁਮ ਤਤਹੀਰਾ। ਪਰਵਾਨੇ ਹੋ ਕੁਰਾਨ ਦੇ ਹੋ, ਪਤਾ ਇਹ ਲੱਗਾ ਕਿ ਆਹਲੇ ਬੈਤ ਦੇ ਅੰਦਰ ਸਭ ਤੋਂ ਪਹਿਲੇ ਮੇਰੇ ਪੈਗੰਬਰ ਦੀਆਂ ਬੀਵੀਆਂ ਸ਼ਾਮਲ ਨੇ, ਮੇਰੇ ਪੈਗੰਬਰ ਦੀਆਂ ਬੀਵੀਆਂ ਸ਼ਾਮਲ ਨੇ। ਹੁਣ ਅਗਲੀ ਗੱਲ, ਦੂਸਰੀ ਗੱਲ, ਪਰਵਾਨੇ ਹੋ ਕੁਰਾਨ ਦੇ ਹੋ, ਆਹਲੇ ਬੈਤ ਦੇ ਅੰਦਰ ਮੇਰੇ ਪੈਗੰਬਰ ਦੀਆਂ ਬੀਵੀਆਂ ਤੋਂ ਬਾਅਦ ਕੌਣ ਸ਼ਾਮਲ ਏ? ਮੇਰੇ ਪੈਗੰਬਰ ਦੀਆਂ ਬੀਵੀਆਂ ਤੋਂ ਬਾਅਦ ਅਹਲੇ ਬੈਤ ਦੇ ਅੰਦਰ ਮੇਰੇ ਪੈਗੰਬਰ ਦੀਆਂ ਬੇਟੀਆਂ ਸ਼ਾਮਲ ਨੇ। ਕਿਤਨੀਆਂ ਬੇਟੀਆਂ ਮੇਰੇ ਪੈਗੰਬਰ ਦੀਆਂ? ਮੇਰੇ ਪੈਗੰਬਰ ਦੀਆਂ ਚਾਰ ਬੇਟੀਆਂ, ਚਾਰ ਬੇਟੀਆਂ, ਸੈਯਦਾ ਉਮੇ ਕੁਲਸੂਮ, ਸੈਯਦਾ ਰੁਕਈਆ, ਸੈਯਦਾ ਜ਼ੈਨਬ ਅਤੇ ਸੈਯਦਾ ਫਾਤਿਮਾ ਤੋ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹੁੰਨਾ। ਪਰਵਾਨੇ ਹੋ ਕੁਰਾਨ
ਮੰਨਦੇ ਹੋ। ਇੱਥੇ ਮੈਂ ਇੱਕ ਅਕੀਦੇ ਦੀ ਗੱਲ ਕਰਨਾ ਚਾਹੁੰਦਾ ਵਾਂ। ਆ ਕਈ ਲੋਕ ਐਸੇ ਨੇ ਜਿਹੜੇ ਮੇਰੇ ਪੈਗੰਬਰ ਦੀਆਂ ਚਾਰ ਬੇਟੀਆਂ ਦੇ ਵਿੱਚੋਂ ਤਿੰਨ ਨੂੰ ਮਨਫੀ ਕਰ ਦਿੰਦੇ ਨੇ ਅਤੇ ਇਕੱਲੀ ਸੈਯਦਾ ਫਾਤਿਮਾ ਨੂੰ ਮੇਰੇ ਪੈਗੰਬਰ ਦੀ ਬੇਟੀ ਕਹਿੰਦੇ ਨੇ। ਨਾ ਨਾ ਨਾ, ਮੇਰੇ ਪੈਗੰਬਰ ਦੀਆਂ ਚਾਰ ਬੇਟੀਆਂ ਪਰਵਾਨੇ ਹੋ ਕੁਰਾਨ ਦੇ ਹੋ, ਇਹ ਚਾਰੇ ਦੇ ਚਾਰ ਹੀ ਬੇਟੀਆਂ ਮੇਰੇ ਪੈਗੰਬਰ ਦੀਆਂ ਅਹਲੇ ਬੈਤ ਦੇ ਅੰਦਰ ਸ਼ਾਮਿਲ ਨੇ। ਲੇਕਿਨ ਮੈਂ ਇੱਥੇ ਮੇਰੇ ਪੈਗੰਬਰ ਦੀ ਇੱਕ ਬੇਟੀ ਦਾ ਤਜ਼ਕਰਾ ਕਰਨਾ ਚਾਹੁੰਦਾ, ਜਿਨ੍ਹਾਂ ਦਾ ਨਾਮ ਹੈ ਮਾਂ ਜੀ, ਮਾਂ ਜੀ ਸੈਯਦਾ ਫਾਤਿਮਾਤੁਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ। ਸੈਯਦਾ ਫਾਤਿਮਾ ਦਾ ਸ਼ਾਨ ਤਜ਼ਕਰਾ ਕੁਝਾਂ ਨੂੰ ਖਾਈਏ, ਪਰਵਾਨੇ ਹੋ ਕੁਰਾਨ ਦੇ ਹੋ। ਮੈਂ ਸੀਰਤ ਦੀਆਂ ਕਿਤਾਬਾਂ ਦੇ ਅੰਦਰ ਮੁਤਾਲਿਆ ਕੀਤਾ ਹੈ ਕਿ ਮੇਰੇ ਪੈਗੰਬਰ ਲਈ ਸਲਾਤੂ ਅਸਲਾਮ, ਇੰਝ ਜਦੋਂ ਸੈਯਦਾ ਫਾਤਿਮਾ ਆਇਆ ਕਰਦੀਆਂ, ਮੇਰੇ ਪੈਗੰਬਰ ਉੱਠ ਕੇ ਖੜੇ ਹੋ ਜਾਇਆ ਕਰਦੇ। ਕੈਸੀ ਮੁਹੱਬਤ ਮੇਰੇ ਪੈਗੰਬਰ ਬੇਟੀਆਂ ਨਾਲ ਕਰਦੇ। ਮੇਰੇ ਪੈਗੰਬਰ ਖੜੇ ਹੋ ਜਾਣਾ ਨਾ, ਉੱਠ ਕੇ ਆਪਣੀ ਬੇਟੀ ਦਾ ਵੈਲਕਮ ਕਰਨਾ, ਆਪਣੀ ਬੇਟੀ ਨੂੰ ਖੁਸ਼ਾਮਦ ਕਰਨਾ, ਆਪਣੀ ਬੇਟੀ ਨੂੰ ਸੀਨੇ ਨਾਲ ਲਗਾਉਣਾ, ਆਪਣੀ ਬੇਟੀ ਦੇ ਮੱਥੇ ਦਾ ਬੋਸਾ ਲੈਣਾ। ਪਰਵਾਨੇ ਹੋ ਕੁਰਾਨ ਦੇ ਹੋ। ਓ ਮਾਂ ਫਾਤਿਮਾ ਤੋ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ। ਕੌਣ ਫਾਤਿਮਾ? ਜੰਨਤ ਦੀ ਔਰਤਾਂ ਦੀ ਸਰਦਾਰ ਫਾਤਿਮਾ। ਕੌਣ ਫਾਤਿਮਾ? ਸ਼ਰਮ ਹਯਾ ਵਾਲੀ ਫਾਤਿਮਾ। ਕੌਣ ਫਾਤਿਮਾ? ਹਸਨੈਨ ਕਰੀਮੈਨ ਦੀ ਵਾਲਿਦਾ ਮੁਹਤਰਮਾ ਫਾਤਿਮਾ। ਕੌਣ ਫਾਤਿਮਾ? ਜਨਾਬ ਹਸਨ ਦੀ ਅੰਮੀ ਜਾਨ ਫਾਤਿਮਾ। ਕੌਣ ਫਾਤਿਮਾ? ਮੁਹਸਨ ਦੀ ਮਾਮਾ ਫਾਤਿਮਾ। ਕੌਣ ਫਾਤਿਮਾ? ਜਨਾਬ ਅਲੀ ਉਲ ਮੁਰਤਜ਼ਾ ਦੀ ਜ਼ੌਜਾ ਮੁਹਤਰਮਾ ਫਾਤਿਮਾ। ਕੌਣ ਫਾਤਿਮਾ? ਮਾਂ ਜੀ ਖਤੀਜਾਦੁਲ ਕੁਬਰਾ ਦੇ ਬਦਨ ਦੇ ਵਿੱਚੋਂ ਅੱਲਾ ਨੇ ਮੇਰੇ ਪੈਗੰਬਰ ਨੂੰ ਬੇਟੀ ਅਤਾ ਕੀਤੀ, ਉਹ ਫਾਤਿਮਾ। ਕੌਣ ਫਾਤਿਮਾ? ਮੇਰੇ ਪੈਗੰਬਰ ਦੇ ਦਿਲ ਦਾ ਚੈਨ ਤੇ ਕਰਾਰ ਫਾਤਿਮਾ। ਕੌਣ ਫਾਤਿਮਾ? ਮੇਰੇ ਪੈਗੰਬਰ ਦੀ ਲਖਤੇ ਜਿਗਰ ਫਾਤਿਮਾ। ਕੌਣ ਫਾਤਿਮਾ? ਸ਼ਰਮੋ ਹਯਾ ਦੀ ਮਲਕਾ ਫਾਤਿਮਾ। ਅੱਜ ਬੜਾ ਹੀ ਦੁੱਖ ਹੁੰਦਾ ਏ ਕਿ ਅੱਜ ਸਾਡੀਆਂ ਵੀ ਮਾਵਾਂ ਬਹਿਣਾਂ ਸੈਯਦਾ ਫਾਤਿਮਾ ਤੋਂ ਜ਼ਹਰਾ ਦੀਆਂ ਬੇਟੀਆਂ ਬਣੀਆਂ ਫਿਰਦੀਆਂ ਨੇ। ਖੁਦ ਨੂੰ ਨਾਰਾ ਲਗਾਉਣਾ, ਮੈਂ ਮਾਂ ਫਾਤਿਮਾ ਦੀ ਬੇਟੀ, ਮੈਂ ਮਾਂ ਫਾਤਿਮਾ ਦੀ ਬੇਟੀ, ਅਤੇ ਬਾਜ਼ਾਰਾਂ ਦੇ ਅੰਦਰ ਬੇਪਰਦਗੀ, ਮੈਂ ਮਾਂ ਫਾਤਿਮਾ ਦੀ ਬੇਟੀ, ਬਾਜ਼ਾਰਾਂ ਦੇ ਅੰਦਰ ਸਿਰ ਤੋਂ ਦੁਪੱਟਾ ਲੱਥਿਆ, ਮੈਂ ਮਾਂ ਫਾਤਿਮਾ ਦੀ ਬੇਟੀ, ਬਾਜ਼ਾਰਾਂ ਦੇ ਅੰਦਰ ਫਿਰ ਰਹੀ, ਮਾਂ ਫਾਤਿਮਾ ਦੀ ਬੇਟੀ, ਜਿਸਮ ਤੇ ਲਿਬਾਸ ਇੰਝਦਾ ਪਾਇਆ ਏ ਕਿ ਸਾਰੇ ਜਿਸਮ ਦੇ ਉਜ਼ਾਰ ਜਿਹੜੇ ਨੇ ਸਾਰਾ ਜਿਸਮ ਨਜ਼ਰ ਆਉਂਦੇ ਬਰਾਬਰ ਏ। ਕਹਿਣ ਨੂੰ ਮਾਂ ਫਾਤਿਮਾ ਦੀ ਬੇਟੀ, ਇਹ ਨਾ ਬਹਿਣਾ ਨਾ, ਨਾ ਬਹਿਣਾ ਨਾ, ਮਾਂ ਫਾਤਿਮਾ ਤੇ ਸ਼ਰਮ ਵਾਲੀ, ਮਾਂ ਫਾਤਿਮਾ ਹਯਾ ਵਾਲੀ, ਅੱਜ ਨਾਮ ਲੈਣਾ ਮਾਂ ਫਾਤਿਮਾ ਦਾ ਅਤੇ ਕੰਮ ਬੇਹਯਾਈ ਵਾਲੇ ਕਰਨੇ, ਨਾ ਲੈਣਾ ਮਾਂ ਫਾਤਿਮਾ ਦਾ ਯੂਨੀਵਰਸਿਟੀਆਂ ਦੇ ਅੰਦਰ ਕਈ ਤਰ੍ਹਾਂ ਦੇ ਲੜਕਿਆਂ ਦੇ ਨਾਲ ਤੇਰੇ ਚੱਕਰ ਚੱਲਣ, ਮਾਂ ਫਾਤਿਮਾ ਦਾ ਨਾਮ ਲੈਣਾ ਹੋਟਲਾਂ ਦੇ ਕਮਰੇ ਤੂੰ ਮਾਂ ਬਾਪ ਤੋਂ ਛੁੱਪ ਕੇ ਲੜਕਿਆਂ ਦੇ ਨਾਲ ਰਾਤਾਂ ਬਿਤਾਏ, ਨਾ ਲੈਣਾ ਮਾਂ ਫਾਤਿਮਾ ਦਾ ਅਤੇ ਲੜਕਿਆਂ ਦੇ ਨਾਲ ਫਰੈਂਡਸ਼ਿਪਾਂ ਤੇਰੀਆਂ, ਨਾਮ ਲੈਣਾ ਮਾਂ ਫਾਤਿਮਾ ਦਾ ਲਵਰਸ ਤੂੰ ਬਣਾਏ, ਨਾ ਲੈਣਾ ਮਾਂ ਫਾਤਿਮਾ ਦਾ ਅਤੇ ਇਸਲਾਮਾਬਾਦ ਦੇ ਚੌਂਕਾਂ ਅੰਦਰ ਜਾ ਕੇ ਕਵੇਂ ਮੇਰਾ ਜਿਸਮ ਮੇਰੀ ਮਰਜ਼ੀ, ਨਾ ਲੈਣਾ ਮਾਂ ਫਾਤਿਮਾ ਦਾ ਅਤੇ ਬੇਹਯਾਈ ਕਰੇ, ਨਾ ਨਾ ਨਾ, ਕੈਸੀ ਪਰਦੇ ਦੀ ਪਾਬੰਦ ਮਾਂ ਫਾਤਿਮਾ ਤੋਂ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ। ਪਰਵਾਨੇ ਹੋ ਕੁਰਾਨ ਦੇ ਹੋ। ਹਜ਼ਰਤ ਮਾਂ ਜੀ ਫਾਤਿਮਾ ਤੋਂ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ, ਇੰਝ ਜਦੋਂ ਮੌਤ ਦਾ ਵਕਤ ਕਰੀਬ ਆਇਆ ਨਾ, ਅਤੇ ਆਪਣੇ ਸ਼ੋਹਰ ਹਜ਼ਰਤ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ ਆਉਂਦੀਆਂ ਨੇ, ਅਲੀ ਜੀ, ਅਲੀ ਜੀ, ਅਲੀ ਜੀ, ਅਲੀ ਜੀ, ਜਦੋਂ ਮੈਂ ਦੁਨੀਆ ਤੋਂ ਰੁਖਸਤ ਹੋ ਜਾਵਾਂ, ਜਦੋਂ ਮੈਂ ਰਹਿਲਤ ਫਰਮਾ ਜਾਵਾਂ, ਮੇਰੇ 'ਤੇ ਮੌਤ ਦਾ ਵਕਤ ਆ ਜਾਏ, ਮੈਂ ਵਫਾਤ ਪਾ ਜਾਵਾਂ, ਅਤੇ ਗੁਸਲ ਦੇਣ ਤੋਂ ਬਾਅਦ ਮਈਅਤ ਦੇ ਬਦਨ 'ਤੇ ਜਿਹੜੀ ਵੱਡੀ ਚਾਦਰ ਪਾਈ ਜਾਂਦੀ ਹੈ ਨਾ, ਉਸ ਵੱਡੀ ਚਾਦਰ ਨੂੰ ਜਦੋਂ ਪਾ ਦੇਈਦਾ ਹੈ, ਅਤੇ ਮਈਅਤ ਦੇ ਜਿਸਮ ਦੀ ਸਾਖ ਨਜ਼ਰ ਆਉਣ ਲੱਗ ਪੈਂਦੀ ਹੈ, ਤੁਸਾਂ ਕੀ ਕਰਨਾ ਹੈ? ਮੇਰੇ 'ਤੇ ਵੱਡੀ ਚਾਦਰ ਪਾਉਣ ਤੋਂ ਪਹਿਲੇ ਗਾਸ ਰੱਖ ਕੇ ਮੇਰੇ ਜਿਸਮ ਦੀ ਸਾਖ ਨੂੰ ਬਰਾਬਰ ਰੱਖ ਕਰ ਦੇਣਾ ਏ। ਵਜ੍ਹਾ ਏ ਵੇ, ਮੈਂ ਆਮਿਨਾ ਦੇ ਲਾਲ ਦੀ ਧੀਆਂ, ਮੈਂ ਰਸੂਲੁੱਲਾ ਦੀ ਧੀਆਂ, ਮੈਂ ਮੁਹੰਮਦ ਰਸੂਲੁੱਲਾ ਦੀ ਧੀਆਂ ਸੱਲੱਲਾਹੁ ਅਲੈਹਿ ਵਸੱਲਮ। ਮੈਂ ਨਹੀਂ ਚਾਹੁੰਦੀ, ਮੈਂ ਨਹੀਂ ਚਾਹੁੰਦੀ, ਸੁਣੋ ਮਾਂ ਫਾਤਿਮਾ ਕਾ ਨਾਮ ਲੈ ਕੇ ਬੇਹਯਾਈ ਕਰਨੀ ਵਾਲੋ, ਸੁਣੋ ਮਾਂ ਫਾਤਿਮਾ ਕਾ ਨਾਮ ਲੈ ਕੇ ਬਾਜ਼ਾਰੋਂ ਕੇ ਅੰਦਰ ਬੇਪਰਦਗੀ ਕਰਨੀ ਵਾਲੋ, ਸੁਣੋ, ਆਉਂਦੀਆਂ ਨੇ ਮੈਂ ਨਹੀਂ ਚਾਹੁੰਦੀ ਮਰਨ ਤੋਂ ਬਾਅਦ ਵੀ ਮੇਰੇ ਜਿਸਮ 'ਤੇ ਕਿਸੇ ਗੈਰ ਮਹਿਰਮ ਦੀ ਨਜ਼ਰ ਪੈ ਜਾਏ। ਕੈਸੀ ਪਰਦਾਦਾਰ ਸੈਯਦਾ ਫਾਤਿਮਾ, ਅੱਜ ਮਾਂ ਫਾਤਿਮਾ ਦਾ ਨਾਂ ਲੈ ਕੇ ਅਤੇ ਖੁਦ ਨੂੰ ਬੇਹਯਾਈ ਦੇ ਏਡਿਆਂ 'ਤੇ ਖੜਾ ਕਰਦੀਆਂ ਲੜਕੀਆਂ, ਨਾਂ ਲੈਣਾ ਆਲੇ ਰਸੂਲ ਦਾ, ਨਾਂ ਲੈਣਾ ਨਬੀ ਦੀ ਬੇਟੀ ਦਾ, ਅਤੇ ਬੇਹਯਾਈ।
ਪਰਵਾਨੇ ਹੋ ਕੁਰਾਨ ਦੇ ਹੋ, ਮੇਰੇ ਪੈਗੰਬਰ ਦੀਆਂ ਬੇਟੀਆਂ ਤੋਂ ਬਾਅਦ ਅਹਲੇ ਬੈਤ ਅੰਦਰ ਸ਼ਾਮਲ ਨੇ ਹਜ਼ਰਤ ਅਲੀ 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 ਸ਼ੇਰ ਖੁਦਾ ਅਲੀ ਅਤੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨ। ਕੌਣ ਅਲੀ? ਮੁਤਕੀ ਅਲੀ। ਕੌਣ ਅਲੀ? ਪਰਹੇਜ਼ਗਾਰ ਅਲੀ। ਕੌਣ ਅਲੀ? ਹਸਨੋ ਹੁਸੈਨ ਦੇ ਬਾਬਾ ਅਲੀ। ਕੌਣ ਅਲੀ? ਕੌਣ ਅਲੀ? ਖੈਬਰ ਦਾ ਕਿਲ੍ਹਾ ਫਤਿਹ ਕਰਨ ਵਾਲੇ ਅਲੀ। ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨ। ਸਿਆਲਕੋਟੀਆ ਸਿਆਲਕੋਟੀਆ ਮਿਆਰ ਆਪਣਾ ਆਪਣਾ ਏ, ਮੁਹੱਬਤ ਆਪਣੀ ਆਪਣੀ ਏ। ਕਈ ਐਸੀ ਮੁਹੱਬਤ ਕਰਦੇ ਨੇ ਕਿ ਸਾਰਾ ਦਿਨ ਭੰਗ ਕੋਟ ਕੋਟ ਕੇ ਰਾਤ ਨੂੰ ਭੰਗ ਦਾ ਸੂਟਾ ਲਾ ਲਿਆ, ਜਨਾਬੇ ਅਲੀ ਦਾ ਨਾਂ ਲੈ ਲਿਆ ਅਤੇ ਨਾਮ ਵੀ ਪੁੱਠਾ ਲੈ ਲਿਆ। ਸਾਰਾ ਦਿਨ ਸ਼ਰਾਬਾਂ ਪੀਏ, ਰਾਤ ਨੂੰ ਜਨਾਬੇ ਅਲੀ ਦਾ ਨਾਂ ਲਵੇ, ਲੀ 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 ਕਰਦਾ ਫਿਰੇ, ਅਲੀ 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 ਕਰਦਾ ਫਿਰੇ। ਇਹ ਤੇਰੀ ਮੁਹੱਬਤ ਦਾ ਮਿਆਰ ਏ? ਤੂੰ ਸ਼ਰਾਬ ਦੇ ਨਸ਼ੇ ਅੰਦਰ ਧੁੰਦ ਹੋ ਕੇ ਜਨਾਬੇ ਅਲੀ ਦਾ ਨਾਂ ਲਵੇ? ਤੂੰ ਉਦੋਂ ਨਾਂ ਲਵੇ ਜਦੋਂ ਰੱਬ ਨਮਾਜ਼ ਵੀ ਨਹੀਂ ਕਬੂਲ ਕਰਦਾ। ਲਾ ਤਕਰਬੁ ਸਲਾਤ ਵਅੰਤੁਮ ਸੁਕਾਰਾ। ਲਾਂਦੇ ਨੇ ਜਦੋਂ ਨਸ਼ੇ ਦੇ ਹਾਲਤ ਅੰਦਰ ਹੋਏ, ਨਮਾਜ਼ ਅਦਾ ਕਰਨਾ ਦੂਰ ਦੀ ਗੱਲ ਏ, ਫਰਮਾਇਆ ਲਾ ਤੱਕ ਰੱਬ ਸਲਾਹ ਤਾਂ ਨਮਾਜ਼ ਦੇ ਕਰੀਬ ਵੀ ਨਹੀਂ ਉਦੋਂ ਆਉਂਦਾ। ਤੂੰ ਉਦੋਂ ਜਨਾਬੇ ਅਲੀ ਦਾ ਨਾਂ ਲਵੇ ਅਤੇ ਨਾ ਵੀ ਪੁੱਠਾ ਪੁੱਠਾ ਲੈਂਦਾ ਰਵੇ। ਮੇਰੀ ਮੁਹੱਬਤ ਦਾ ਮਿਆਰ ਸਿਆਲਕੋਟੀਆ ਤੇਰੇ ਅੱਗੇ ਰੱਖਣਾ ਚਾਹੁੰਦਾ ਵਾ। ਮੈਂ ਜਨਾਬੇ ਅਲੀ ਦੇ ਨਾਲ ਬੜੀ ਪਾਕੀਜ਼ਾ ਜੀ ਮੁਹੱਬਤ ਕਰਨਾ ਵਾ। ਮੇਰੀ ਮੁਹੱਬਤ ਵੀ ਜਨਾਬੇ ਅਲੀ ਦੇ ਨਾਲ ਬੜੀ ਪਾ ਕੇ, ਜਦੋਂ ਮੈਂ ਜਨਾਬੇ ਅਲੀ ਦਾ ਨਾਂ ਲੈਣਾ ਹੋਏ, ਮੈਂ ਵਜ਼ੂ ਕਰ ਲੈਂਦਾ ਵਾਂ, ਮਿੰਬਰ 'ਤੇ ਚੜ ਜਾਂਦਾ ਵਾਂ, ਰੱਬ ਦਾ ਕੁਰਾਨ ਪੜ੍ਹਨਾ ਵਾਂ ਅਤੇ ਜਨਾਬੇ ਅਲੀ ਦਾ ਸ਼ਾਨ ਬਿਆਨ ਕਰਨਾ ਵਾ। ਓਏ ਅੱਜ ਪੰਗੀਆ, ਓਏ ਚਰਸੀਆ, ਸ਼ਰਾਬੀਆ, ਤੈਨੂੰ ਇਹ ਤਰੀਕਾ ਲੱਭਾ ਕਿ ਨਸ਼ੇ ਦੇ ਅੰਦਰ ਧੁੰਦ ਹੋ ਕੇ ਜਨਾਬੇ ਅਲੀ ਦਾ ਨਾਂ ਲਵੇ ਅਤੇ ਨਾ ਵੀ ਅੱਗੋਂ ਪੁੱਠਾ ਪੁੱਠਾ ਲਵੇ, ਲੀ 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 ਕਰਦਾ ਫਿਰੇ। ਦੇਖਾ ਤੇ ਸਹੀ ਮੈਨੂੰ ਵੀ, ਓਏ ਮੈਂ ਵੀ ਅਹਾਦੀਸ ਦੀਆਂ ਕਿਤਾਬਾਂ ਪੜ੍ਹੀਆਂ ਨੇ, ਮੈਂ ਵੀ ਤਾਰੀਖ ਦੀਆਂ ਕਿਤਾਬਾਂ ਪੜ੍ਹੀਆਂ ਨੇ, ਮੈਂ ਵੀ ਸੀਰਤ ਦੀਆਂ ਕਿਤਾਬਾਂ ਪੜ੍ਹੀਆਂ ਨੇ, ਰੱਬ ਦੇ ਕੁਰਾਨ ਦਾ ਤਰਜਮਾ ਤਫਸੀਰ ਪੜ੍ਹਿਆ, ਮੈਨੂੰ ਕਿਧਰੇ ਜਨਾਬੇ ਅਲੀ ਦਾ ਨਾਮ ਲੀ 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 ਨਜ਼ਰ ਨਹੀਂ ਆਇਆ, ਅਲੀ ਅਲੀ ਨਾਮ ਨਜ਼ਰ ਨਹੀਂ ਆਇਆ। ਵੇਖ ਤੇ ਸਹੀ ਨਾਂ ਕਿੱਡਾ ਸੋਹਣਾ ਹੈ, ਅਲੀ 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 ਉਲ ਮੁਰਤਜ਼ਾ। ਓਏ ਕਿੱਡਾ ਸੋਹਣਾ ਲੱਗਦਾ ਜੇ ਨਾਮ ਅਲੀ ਦਾ, ਕਿਉਂ ਬੰਗੀਆਂ ਨੂੰ ਮੰਨਣਾ ਗੁਲਾਮ ਅਲੀ ਦਾ। ਖੈਬਰ ਦਾ ਕਿਲ੍ਹਾ ਜਿਸਨੇ ਗਿਰਾਇਆ, ਖੈਬਰ ਦਾ ਕਿਲ੍ਹਾ ਜਿਸਨੇ ਗਿਰਾਇਆ, ਹਸਨੋ ਹੁਸੈਨ ਦਾ ਬਾਬਾ ਕਹਿਲਾਇਆ। ਭੰਗੀ ਕੀ ਜਾਣੇ, ਭੰਗ ਘੋਟ ਕੇ ਪੀਣਾ ਲਿਆ ਅਤੇ ਅਲੀ ਦਾ ਨਾਂ ਪੁੱਠਾ ਲੈਣਾ ਲਿਆ। ਭੰਗੀ ਕੀ ਜਾਣੇ ਮੁਕਾਮ ਅਲੀ ਦਾ, ਚਰਸੀ ਕੀ ਜਾਣੇ ਮੁਕਾਮ ਅਲੀ ਦਾ, ਸ਼ਰਾਬੀ ਕੀ ਜਾਣੇ ਮੁਕਾਮ ਅਲੀ ਦਾ, ਬਸ ਵਹਾਬੀ ਹੀ ਜਾਣੇ ਮੁਕਾਮ ਅਲੀ ਦਾ। ਪਰੇਸ਼ਾਨ ਨਹੀਂ ਹੋਣਾ ਤੁਸੀਂ ਕਹੋਗੇ ਅਤੇ ਪੁਰਾਣੇ ਜੁਮਲੇ ਨੇ ਅਤੇ ਮੈਂ ਨਵੇਂ ਵੀ ਸੁਣਾ ਦੇਣਾ ਵਾਂ ਕਿ ਨਾ ਲੈ ਕੇ ਅਲੀ ਮੌਲਾ ਦਾ ਅਤੇ ਦਿਲ ਮੇਰਾ ਠਰ ਜਾਂਦਾ, ਨਾ ਲੈ ਕੇ ਅਲੀ ਮੌਲਾ ਦਾ ਕਿ ਦਿਲ ਮੇਰਾ ਠਰ ਜਾਂਦਾ। ਉਹਨੂੰ ਮੋਮਿਨ ਦਾ ਮੈਂ ਪੀਰਾ ਖਾਂ, ਸੱਚ ਆਖ ਤੇ ਆਖਾ ਦਾ ਵੀਰਾ ਖਾਂ, ਸੱਚ ਆਖ ਤੇ ਆਖਾ ਦਾ ਵੀਰਾ ਖਾਂ, ਜੇਰਾ ਕਾਫਿਰਾਂ ਨੂੰ ਤਰ ਪਾਉਂਦਾ ਕਿ ਦਿਲ ਮੇਰਾ ਠਰ ਜਾਂਦਾ, ਨਾ ਲੈ ਕੇ ਅਲੀ ਮੌਲਾ ਦਾ ਕਿ ਦਿਲ ਮੇਰਾ ਠਰ ਜਾਂਦਾ। ਜਾ ਪੁੱਛ ਲੈ ਜਾ ਕੇ ਉਸ ਤਲਵਾਰ ਕੋਲੋਂ, ਹੈਦਰ ਦੇ ਕੀਤੇ ਵਾਰ ਕੋਲੋਂ, ਜਾ ਪੁੱਛ ਲੈ ਜਾ ਕੇ ਉਸ ਤਲਵਾਰ ਕੋਲੋਂ, ਹੈਦਰ ਦੇ ਕੀਤੇ ਵਾਰ ਕੋਲੋਂ, ਕਿ ਮਰਹਬ ਕਾਫਿਰ ਮਰ ਜਾਂਦਾ ਕਿ ਦਿਲ ਮੇਰਾ ਠਰ ਜਾਂਦਾ। ਆਵਾਜ਼ ਹੁੰਦੀ ਏ, ਇਨਮਾ ਯੁਰੀਦੁਲਾਹੁ ਲਿਯੁਜ਼ਹਿਬਾ ਅਨਕੁਮ ਰਿਜ਼ਾ ਅਹਲਲ ਬਹੀਤੀ ਵਯੁਤਹਿਰਕੁਮ ਤਤਹੀਰਾ।
ਪਰਵਾਨੇ ਹੋ ਕੁਰਾਨ ਦੇ ਹੋ। ਹਜ਼ਰਤ ਅਲੀ ਤੋਂ ਬਾਅਦ ਅਹਲੇ ਬੈਤ ਅੰਦਰ ਸ਼ਾਮਿਲ ਨੇ ਹਜ਼ਰਤ ਸੈਯਦਨਾ ਹਸਨ ਰਜ਼ੀ ਅੱਲਾਹੁ ਤਾਲਾ ਅਨ। ਕੌਣ ਹਸਨ? ਸੈਯਦ ਹਸਨ, ਇਹਦੀ ਦਲੀਲ ਵੇ ਜੱਗਾ ਦੇ ਪੀਰਾਂ ਮੀਨਾ ਦੇ ਦੁਰੇ ਯਤੀਮ ਅਲੈਹਿ ਸਲਾਤੁ ਵਸਲਾਮ ਨੇ ਇੱਕ ਦਫ਼ਾ ਹਜ਼ਰਤ ਹਸਨ ਨੂੰ ਆਪਣੀ ਰਾਨ 'ਤੇ ਬਿਠਾਇਆ ਏ ਅਤੇ ਆਉਂਦੇ ਨੇ ਹਾਜ਼ਾ ਇਬਨੀ ਸੈਯਦੁਨ, ਇਹ ਮੇਰਾ ਬੇਟਾ ਸੈਯਦ ਏ, ਇਹ ਮੇਰਾ ਬੇਟਾ ਸਰਦਾਰ ਏ। ਪਰਵਾਨੇ ਹੋ ਕੁਰਾਨ ਦੇ ਹੋ? ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨ ਯਾਦ ਆਏ ਹਜ਼ਰਤ ਅਬੂ ਹੁਰੈਰਾ ਇੰਝ ਜਦੋਂ ਜਨਾਬ ਹਸਨ ਰਜ਼ੀ ਅੱਲਾਹੁ ਤਾਲਾ ਦੇ ਕੋਲੋਂ ਗੁਜ਼ਰਿਆ ਕਰਨਾ ਨਾ ਅਤੇ ਜਾਂ ਹਜ਼ਰਤ ਹਸਨ ਨੇ ਜਨਾਬ ਅਬੂ ਹੁਰੈਰਾ ਦੇ ਕੋਲ ਆਇਆ ਕਰਨਾ ਅਤੇ ਹਜ਼ਰਤ ਅਬੂ ਹੁਰੈਰਾ ਕਿਆ ਕਰਨਾ? ਕਦ ਜਾ ਆਨੀ ਸੈਯਦੁਨ, ਕਦ ਜਾ ਆਨੀ ਸੈਯਦੁਨ, ਕਦ ਜਾ ਆਨੀ ਸੈਯਦੁਨ, ਹੈ ਮੇਰਾ ਸੈਯਦ ਆ ਗਿਆ, ਮੇਰਾ ਸਰਦਾਰ ਆ ਗਿਆ, ਮੇਰਾ ਸੈਯਦ ਆ ਗਿਆ। ਪਰਵਾਨੇ ਹੋ ਕੁਰਾਨ ਦੇ ਹੋ? ਲੋਕਾਂ ਸਵਾਲ ਕੀਤਾ ਅਬੂ ਹੁਰੈਰਾ, ਤੁਸੀਂ ਇਲਮ ਅੰਦਰ ਵੀ ਭਰੇ, ਉਮਰ ਅੰਦਰ ਵੀ ਭਰੇ, ਫਿਰ ਵੀ ਹਸਨ ਰਜ਼ੀ ਅੱਲਾਹੁ ਤਾਲਾ ਦਾ ਇਤਨਾ ਅਦਬ ਕਿਉਂ? ਫਰਮਾਇਆ ਉਹਦਾ ਅਦਬ ਮੈਂ ਕਿਉਂ ਨਾ ਕਰਾਂ ਜਿਹਨੂੰ ਮੇਰੇ ਆਮਿਨਾ ਦੇ ਲਾਲ ਸੈਯਦ ਕਹਿ ਗਏ। ਪਰਵਾਨੇ ਹੋ ਕੁਰਾਨ ਦੇ ਹੋ? ਇੱਕ ਦਫ਼ਾ ਦਾ ਵਕਤ ਏ, ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹੁ ਤਾਲਾ ਅਤੇ ਹਜ਼ਰਤ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅੰਜ ਨਮਾਜ਼ ਅਸਰ ਅਦਾ ਕਰਕੇ ਤੇ ਆ ਰਹੇ ਨੇ ਅਤੇ ਜਦੋਂ ਦੇਖਿਆ ਨਾ ਹਜ਼ਰਤ ਹਸਨ ਨੂੰ ਜਨਾਬੇ ਸਦੀਕ ਅਕਬਰ ਅੱਗੇ ਭਰੇ ਨੇ ਅਤੇ ਹਜ਼ਰਤ ਹਸਨ ਨੂੰ ਉਠਾ ਲਿਆ ਏ, ਆਪਨੇ ਹਜ਼ਰਤ ਹਸਨ ਨੂੰ ਉਠਾਇਆ ਏ, ਸੀਨੇ ਨਾਲ ਲਗਾਇਆ ਏ, ਆਪ ਦਾ ਬੋਸਾ ਲੈ ਆਏ ਅਤੇ ਆਂਦੇ ਨੇ ਲਈ ਸਾ ਸ਼ਬੀ ਹੁਣ ਸ਼ਬੀ ਹੁਮ ਬੀ ਨਬੀਨ, ਸ਼ਬੀ ਹੁਮ ਬੀ ਨਬੀਨ। ਹਜ਼ਰਤ ਅਲੀ ਨੂੰ ਮੁਖਾਤਬ ਕੀਤਾ ਅਤੇ ਆਂਦੇ ਨੇ ਅਲੀ ਸ਼ਬੀ ਹੁਮ ਬੀ ਨਬੀਨ ਵਾ ਲਈ ਸਾ ਸ਼ਬੀ ਹੁਮ ਬੀ ਅਲੀਨ। ਫਰਮਾਇਆ ਅਲੀ ਅਜੇਰਾ ਤੁਹਾਡਾ ਬੇਟਾ ਹਸਨ ਏ, ਇਹਦੀ ਮੁਸ਼ਾਬਤ ਤੁਹਾਡੇ 'ਤੇ ਨਹੀਂ ਜਾਂਦੀ ਬਲਕਿ ਨਾਨਾ ਮੁਹੰਮਦ ਰਸੂਲੁੱਲਾ 'ਤੇ ਜਾਂਦੀ ਏ ਸੱਲੱਲਾਹੁ ਅਲੈਹਿ ਵਸੱਲਮ। ਪਰਵਾਨੇ ਹੋ ਫਿਰ ਮੈਂ ਮੁਹੱਬਤ ਦਾ ਪੈਗਾਮ ਕਿਉਂ ਨਾ ਦਿੰਦਾ ਜਾਵਾਂ? ਵਾਹ ਹਸਨ ਹੁਸੈਨ ਦੀਆਂ ਸ਼ਾਨਾ, ਵਾਹ ਹਸਨ ਹੁਸੈਨ ਦੀਆਂ ਸ਼ਾਨਾ, ਸਾਰਾ ਜੱਗ ਹੈ ਜਿਸ ਦਾ ਪਰਵਾਨਾ, ਵਾਹ ਹਸਨ ਹੁਸੈਨ ਦੀਆਂ ਸ਼ਾਨਾ, ਸਹਰਾ ਦੀਆਂ ਅੱਖੀਆਂ ਦਾ ਨੂਰ ਦੋਵੇਂ ਹੈਦਰ ਦੇ ਜਿਗਰ ਦੇ ਤਾਰੇ ਨੇ, ਅਸਹਾਬ ਨਬੀ ਦੇ ਪਿਆਰੇ ਨੇ। ਪਰਵਾਨੇ ਹੋ ਕੁਰਾਨ ਦੇ ਹੋ? ਆਵਾਜ਼ ਹੁੰਦੀ ਏ ਇਨਮਾ ਯੁਰੀਦੁੱਲਾਹੁ ਲਿਯੁਜ਼ਹਿਬਾਨਕੁਮ ਰਿਜ਼ਾ ਅਹਲਲ ਬੈਤੀ ਵਯੁਤਹਿਰਕੁਮ ਤਤਹੀਰਾ। ਹਜ਼ਰਤ ਹਸਨ ਤੋਂ ਬਾਅਦ ਅਹਲੇ ਬੈਤ ਅੰਦਰ ਜੋ ਸ਼ਖਸੀਅਤ ਸ਼ਾਮਿਲ ਏ ਉਹਨਾਂ ਦਾ ਨਾਮ ਏ ਜਨਾਬ ਹੁਸੈਨ ਰਜ਼ੀ ਅੱਲਾਹੁ ਤਾਲਾ। ਪਰਵਾਨੇ ਹੋ ਕੌਣ ਹੁਸੈਨ? ਸੈਯਦ ਹੁਸੈਨ। ਕੌਣ ਹੁਸੈਨ? ਜੰਨਤ ਦੇ ਨੌਜਵਾਨਾਂ ਦੇ ਸਰਦਾਰ ਹੁਸੈਨ। ਕੌਣ ਹੁਸੈਨ? ਜਿਹਨੂੰ ਮੇਰੇ ਆਕਾ ਖੁਸ਼ਬੂ ਆਖਨ। ਤੁਸੀਂ ਗਵੋਗੇ ਦਲੀਲ ਕਿੱਥੇ ਵੇ? ਸਿਆਲਕੋਟ ਵਾਲੇ ਆ ਦਲੀਲ ਦੇ ਕੇ ਜਾਣਾ ਵਾ। ਜੱਗਾਂ ਦੇ ਪੀਰ ਅਲੈਹਿ ਸਲਾਮ ਫਰਮਾਉਂਦੇ ਨੇ ਰਈਹਾਨਾ ਤਾਇਆ, ਰਈਹਾਨਾ ਤਾਇਆ, ਰਈਹਾਨਾ ਤਾਇਆ ਫਿਰ ਦੁਨੀਆ। ਫਰਮਾਇਆ ਲੋਗੋ ਤੁਹਾਨੂੰ ਚੰਬੇਲੀ ਦੇ ਵਿੱਚੋਂ ਖੁਸ਼ਬੂ ਆਉਂਦੀ ਏ, ਮੈਨੂੰ ਹਸਨ ਦੇ ਵਿੱਚੋਂ ਖੁਸ਼ਬੂ ਆਉਂਦੀ ਏ, ਤੁਹਾਨੂੰ ਗੁਲਾਬ ਵਿੱਚੋਂ ਖੁਸ਼ਬੂ ਆਉਂਦੀ ਏ, ਮੈਨੂੰ ਹੁਸੈਨ ਦੇ ਵਿੱਚੋਂ ਖੁਸ਼ਬੂ ਆਉਂਦੀ ਏ। ਤਾਂ ਹੀ ਤਾਂ ਕਿ ਆਏ ਨਾ ਕਿ ਫੁੱਲਾਂ ਦੀਆਂ ਹੁੰਦੀਆਂ ਨੇ ਕਈ ਕਿਸਮਾਂ, ਕਈ ਕਲਰ ਅਤੇ ਕਈ ਡਿਜ਼ਾਇਨ ਏ, ਇਹਨਾਂ ਦੀ ਰੰਗਤ ਵੇਖ ਵੇਖ ਕੇ ਪਈ ਹੁੰਦੀ ਦੁਨੀਆ ਫੈਨੇ, ਪਰ ਦੋ ਫੁੱਲ ਜਗ 'ਤੇ ਇੰਜ ਦੇ ਨੇ ਜੋ ਦੋਵੇਂ ਨਬੀ ਦਾ ਚੈਨ ਨੇ। ਇੱਕ ਫੁੱਲ ਦਾ ਨਾਮ ਹਸਨ ਯਾਰੋ, ਦੂਜੇ ਫੁੱਲ ਦਾ ਨਾਮ ਹੁਸੈਨ ਏ। ਪਰਵਾਨੇ ਹੋ ਕੁਰਾਨ ਦੇ ਹੋ? ਕੌਣ ਹੁਸੈਨ? ਰਜ਼ੀ ਅੱਲਾਹੁ ਤਾਲਾ ਅਨ। ਹਜ਼ਰਤ ਹੁਸੈਨ ਰਜ਼ੀ
رضی اللہ تعالیٰ دی جدو پیدائش ہوئی ہے نا جناب علی المرتضی رضی اللہ تعالیٰ میرے پیغمبر دی خدمت دے اندر حاضر ہوئے، فرمایا سونیا محبوبہ اللہ نے بیٹا دیتا ہے، میرے آقا حضرت علی دے نال چلے گئے، جا کے بیٹھے نے حضرت علی نے جناب حسین نو اس طرح اٹھا کے میرے پیغمبر نو دیتا ہے، میرے پیغمبر نے اپنا نواسا حسین پکڑیا، فرمایا علی 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 اپنے بیٹے دا کی نام رکھیا ہے، فرمایا محبوبہ دا نام حرب رکھیا ہے، فرمایا علی دا نام حرب نہیں رکھنا، سونے جے حرب نہیں رکھنا تے کی نام رکھنا بتلا دیو، فرمایا سمیتو حسینہ سمیتو حسینہ، علی جی دا نام حسین رکھے آئے، پروانے ہو قرآن دے ہو، دنیا تے دو بچے برے آلہ نے کیرے کیرے، ایک بچہ اوے جی دا نام اللہ نے رکھے آ، اللہ نے کی دا نام رکھے آ، سورة مریم دے اندر، سورہ مریم دے اندر اللہ فرمان دے نے یا زکریہ انا نبشر کا بھی غلام اسمہ یحییٰ، فرمایا اے زکریہ اسا تینو پتر دیتا او دا نام بھی یحییٰ رکھ دیتا، پروانے ہو ایک او بچہ اے جدا نام پروردگار عالم نے یحییٰ رکھیا، ایک بچہ ہوئے جدا نام آقا نے حسین رکھیا، ہن جدا نام اللہ نے یحییٰ رکھیا، او بچہ برا ہو کے نبی بنیا، جدا نا آقا نے حسین رکھیا، او بچہ وڈا ہو کے جنت دے نوجوانا دا سردار بنیا، تائیں تے میں کہہ رہا وانا حسن و حسین دے نانے دی نہیں ملن دی مثال، نبی جی دے گرانے دی نہیں ملن دی مثال، رب نے حسن دا شان ودایا، رب نے حسن دا شان ودایا، حسین نے آلہ رتبہ پایا، حسین نے آلہ رتبہ پایا، کربل چ سر کٹانے دی کربل چ سر کٹانے دی نہیں مل دی مثال، پروانے او قرآن دے او وقت بہت تھوڑا رہ گیا ہے، آؤ نا میں تانو جو دسنا چاہنا وا اہل بیت دے نال میدان کربو بلا، پروانے او قرآن دے او جتھے جناب حسین رضی اللہ تعالیٰ عنہ اللہ نے بڑے ہی منصب تے فضیلتاں عطا کیتیاں، اتھے آپ نو ایک منصب مل آئے کہ اللہ نے آپ نو شہادت عطا کیتی، پروانے ہو قرآن دے ہو حضرت حسین دی شہادت دی پیشین گوئی میرے پیغمبر علیہ الصلوۃ والسلام نے کی تھی، جناب حضرت علی رضی اللہ تعالیٰ نے جو رو رہے نے تے نال کہندے نے اس بر یا ابا عبداللہ، اس بر یا ابا عبداللہ نال غلامان دے علی جی حسین نو کہہ رہے ہو حسین صبر کری، حسین صبر کری، حسین صبر کری، جبکہ حسین دیتے ہے ہی نہیں، پروانے ہو قرآن دے ہو حضرت علی آن دے دے میں آقا علیہ الصلوۃ والسلام نے بتلایا سی میدان کرب و بلا دے اندر، میدان کرب و بلا دے اندر علی تیرے بیٹے حسین نو شہید کر دیتا جائے گا، تے جبریل نے مینوں اس میدان دی مٹی وی لیا کے دکھائیے، پروانے ہو قرآن دے ہو اللہ موقع دے گا انشاءاللہ، پھر حضرت معاویہ دی موت تو لے کے میدان کربلا حضرت حسین دی شہادت تک مکمل عنوان نو بیان کران گے، لیکن اج مختصراً بیان کرنا چاہنا وا، پروانے ہو قرآن دے ہو نو محرم الحرام دی رات، یعنی کہ جس دن دس محرم الحرام ہونا سی وہ تو پچھلی رات حضرت حسین رضی اللہ تعالیٰ انج اپنے ساتھیوں نے اکٹھا کیتا، آندے نے ساتھیو سانو تے خبرائیں سنا کہ یزید ساری بیعت کرنا چاہندا ہے، اے کوفی جے رہے نے ایمان لے ہونا چاہندے نے، تے اسی تے مسلم بن عقیل دے خط آن تو بعد اتوں نکلے آ، لیکن اتے آن تک حالات بدل گئے نے، پہلے کوفی جے
ਤੇਰੇ ਨੇ ਇਹ ਸਾਡੀਆਂ ਅੱਖਾਂ ਦੇ ਭੁੱਖੇ ਸਨ ਹੁਣ ਇਹਨਾਂ ਦੀਆਂ ਤਲਵਾਰਾਂ ਸਾਡੀਆਂ ਗਰਦਨਾਂ ਦੀਆਂ ਭੁੱਖੀਆਂ ਹੋ ਗਈਆਂ ਨੇ ਅਤੇ ਆਪਨੇ ਅੰਜ ਜਿਹੜਾ ਚਿਰਾਗ ਚੱਲ ਰਿਹਾ ਇਹਨਾਂ ਉਹਨੂੰ ਬੁਝਾ ਦਿੱਤਾ ਏ ਅਤੇ ਆਉਂਦੇ ਨੇ ਮੇਰੇ ਸਾਥੀਓ ਮੈਂ ਲੜਨ ਦੀ ਗਰਜ਼ ਦੇ ਨਾਲ ਨਹੀਂ ਸੀ ਆਉਂਦਾ ਲਿਹਾਜ਼ਾ ਜਿੰਨੇ ਜਾਣਾ ਹੋਏ ਉਹ ਚਲਾ ਜਾਏ ਮੈਂ ਨਹੀਂ ਦੇਖਦਾ ਚਿਰਾਗ ਤਾਂ ਬੰਦ ਕਰ ਦਿੱਤਾ ਏ ਕਿਧਰੇ ਮੇਰਾ ਚਿਹਰਾ ਦੇਖ ਕੇ ਤੁਸੀਂ ਹਯਾ ਖਾ ਜਾਓ ਅਤੇ ਤੁਸੀਂ ਨਾ ਜਾ ਸਕੋ ਮੈਂ ਨਹੀਂ ਵਹਿੰਦਾ ਪਿਆ ਮੈਂ ਨਹੀਂ ਵਹਿੰਦਾ ਪਿਆ ਮੈਦਾਨੇ ਕਰਬੋ ਬਲਾ ਕਈ ਤਰ੍ਹਾਂ ਦੇ ਸਬਕ ਦਿੰਦਾ ਹਜ਼ਰਤ ਹੁਸੈਨ ਕਹਿ ਰਹੇ ਨੇ ਮੈਂ ਨਹੀਂ ਦੇਖ ਰਿਹਾ ਜਿਹੜਾ ਬੰਦਾ ਦੁਨੀਆ 'ਤੇ ਜ਼ਿੰਦਾ ਹੋਵੇ ਉਦੋਂ ਕਵੇ ਮੈਂ ਨਹੀਂ ਦੇਖਦਾ ਅੱਜ ਹਜ਼ਰਤ ਹੁਸੈਨ ਦੀ ਸ਼ਹਾਦਤ ਨੂੰ ਕਈ ਸੌ ਸਾਲ ਗੁਜ਼ਰ ਗਏ ਤਾਂ ਵੀ ਤੇਰੇ ਮੁਹੱਲੇ ਦੇ ਅੰਦਰ ਯਾ ਹੁਸੈਨ ਮਦਦ ਦੇ ਨਾਰੇ ਤਾਂ ਵੀ ਤੇਰੇ ਮੁਹੱਲੇ ਦੇ ਅੰਦਰ ਯਾ ਹੁਸੈਨ ਮੇਰੇ ਬੇਟੇ ਨੂੰ ਸ਼ਫਾ ਦੇ ਐ ਹੁਸੈਨ ਮੈਨੂੰ ਬੇਟੀ ਦੇ ਐ ਹੁਸੈਨ ਮੈਨੂੰ ਬੇਟਾ ਦੇ ਐ ਹੁਸੈਨ ਰਿਜ਼ਕ ਦੇ ਉਹ ਜਿਹੜਾ ਹੁਸੈਨ ਖੁਦ ਆਪਣੀ ਜ਼ਬਾਨ ਤੋਂ ਕਵੇ ਚਿਰਾਗ ਬੰਦ ਹੋ ਗਏ ਹੈ ਮੈਂ ਨਹੀਂ ਦੇਖ ਰਿਹਾ ਉਹ ਹੁਸੈਨ ਦੁਨੀਆ ਤੋਂ ਜਾਣ ਤੋਂ ਬਾਅਦ ਕਿਵੇਂ ਦੇਖ ਸਕਦਾ ਕਿਵੇਂ ਹਾਜਤਾਂ ਪੂਰੀਆਂ ਕਰ ਸਕ ਕਿਵੇਂ ਲੋਕਾਂ ਨੂੰ ਔਲਾਦਾਂ ਦੇ ਸਕਦਾ ਕਿਵੇਂ ਰਿਜ਼ਕ ਦੇ ਸਕਦਾ ਪਰਵਾਨੇ ਹੋ ਕੁਰਾਨ ਦੇ ਹੋ ਫਰਮਾਇਆ ਮੈਂ ਨਹੀਂ ਦੇਖ ਰਿਹਾ ਜਿੰਨੇ ਜਾਣਾ ਚਲੇ ਜਾਏ ਥੋੜ੍ਹੀ ਦੇਰ ਤੋਂ ਬਾਅਦ ਜਦੋਂ ਦੀਵਾ ਚਲਾਇਆ ਗਿਆ ਦੀਵਾ ਬੁਝਾਉਣ ਤੋਂ ਪਹਿਲੇ ਜਿੰਨੇ ਸਨ ਉਹ ਨਹੀਂ ਦੀਵਾ ਚਲਾਉਣ ਤੋਂ ਬਾਅਦ ਵੀ ਨੇ ਆਉਂਦੇ ਨੇ ਗਏ ਕਿਉਂ ਨਹੀਂ ਫਰਮਾਇਆ ਹੁਸੈਨ ਯਾਰੀ ਹੁਸੈਨ ਦੇ ਨਾਲ ਅਤੇ ਕੰਮ ਬੁਜ਼ਦਲਾਂ ਵਾਲੇ ਯਾਰੀ ਨਬੀ ਦੇ ਨਵਾਸੇ ਦੇ ਨਾਲ ਅਤੇ ਕੰਮ ਬੇਵਕੂਫਾ ਮੁਨਾਫਿਕਾਂ ਵਾਲੇ ਇਹ ਕੰਮ ਸਾਡੇ ਅੰਦਰ ਨਹੀਂ ਹੁਸੈਨ ਕੱਲ ਮੈਦਾਨੇ ਕਰਪੋ ਬਲਾਏ ਅਤੇ ਜੇ ਦਿੰਦਾ ਰਹੇ ਮਦੀਨੇ ਇਕੱਠੇ ਜਾਵਾਂਗੇ ਨਹੀਂ ਤਾਂ ਅੱਲਾ ਦੀ ਜੰਨਤ ਦੇ ਅੰਦਰ ਇਕੱਠੇ ਜਾਵਾਂਗੇ ਪਰਵਾਨੇ ਹੋ ਕੁਰਾਨ ਦੇ ਹੋ ਮੇਰੇ ਹਜ਼ਰਤ ਹੁਸੈਨ ਦੇ ਯਾਰ ਵਫਾਦਾਰ ਯਾਰ ਤੋੜ ਜੰਨਤ ਤੱਕ ਦੇ ਯਾਰ ਮੋਰ ਦੇ ਯਾਰ ਨਹੀਂ ਪਰਵਾਨੇ ਹੋ ਕੁਰਾਨ ਦੇ ਹੋ ਹਜ਼ਰਤ ਹੁਸੈਨ ਰਜ਼ੀ ਅੱਲਾਹੁ ਤਾਲਾ ਐਂ ਜਦੋਂ 10 ਮੁਹਰਮ ਦੀ ਸੁਬਾਹ ਹੋਈ ਹੈ ਨਾ ਅਤੇ ਆਪ ਜਦੋਂ ਸੁੱਤੇ ਹੋਏ ਉੱਠੇ ਨੇ ਨਾ ਉੱਠ ਕੇ ਆਉਂਦੇ ਨੇ ਅਲਹਮਦੁਲਿਲਾ ਅਲਹਮਦੁਲਿਲਾ ਆਪ ਨੂੰ ਆਪਦਾ ਬੇਟਾ ਪੁੱਛਦਾ ਏ ਅੱਬਾ ਜੀ ਕਿਉਂ ਅਲਹਮਦੁਲਿਲਾ ਕਹਿ ਰਹੇ ਹੋ ਬੜੇ ਖੁਸ਼ ਹੋ ਆਉਂਦੇ ਨੇ ਬੇਟੇ ਮੈਨੂੰ ਖਾਬ ਅੰਦਰ ਦਿਖਾਇਆ ਗਿਆ ਅੱਜ ਤੇਰੀ ਸ਼ਹਾਦਤ ਦਾ ਵਕਤ ਆ ਗਿਆ ਹੈ ਮੈਂ ਰੱਬ ਦਾ ਸ਼ੁਕਰ ਅਦਾ ਕਰ ਰਿਹਾ ਵਾਂ ਜਿਸ ਮਾਲਿਕ ਨੇ ਸ਼ਹਾਦਤ ਦੀ ਮੌਤ ਦਿੱਤੀ ਵਾਹ ਹੁਸੈਨ ਕੈਸੇ ਸਬਰ ਵਾਲੇ ਪਰਵਾਨੇ ਹੋ ਕੁਰਾਨ ਦੇ ਹੋ ਆਪ ਹੁਣ ਹਲੇ ਬੈਤੀਆਂ ਜਿਹੜੀਆਂ ਖਵਾਤੀਨ ਨੇ ਆਪ ਦੀ ਜੋਜਾ ਮੁਹਤਰਮਾ ਆਪ ਦੀ ਹਮਸ਼ੀਰਾ ਮੁਹਤਰਮਾ ਪਰਵਾਨੇ ਹੋ ਕੁਰਾਨ ਦੇ ਹੋ ਹਜ਼ਰਤ ਹੁਸੈਨ ਰਜ਼ੀ ਅੱਲਾਹੁ ਤਾਲਾ ਇੰਜ ਖਵਾਤੀਨ ਹਲੇ ਬੈਤ ਦੇ ਖਾਮੇ ਦੇ ਅੰਦਰ ਗਏ ਜਾ ਕੇ ਖੁਤਬਾ ਇਰਸ਼ਾਦ ਫਰਮਾਇਆ ਅਤੇ ਕਿਹਾ ਅਗਰ ਅਸੀਂ ਸ਼ਹੀਦ ਹੋ ਜਾਈਏ ਵਾ ਵੇਲਾ ਨਹੀਂ ਕਰਨਾ ਆਪਣੇ ਆਪ ਤੇ ਕਿਰਪਾਨ ਨੂੰ ਚਾਂਕ ਨਹੀਂ ਕਰਨਾ ਮੰਦਾ ਨਹੀਂ ਬੋਲਣਾ ਅੱਜ ਦਿਲ ਖੂਨ ਦੇ ਅੰਸੁਰ ਹੁੰਦਾ ਏ ਸਬਰਮੰਦਾਂ ਦਾ ਨਾਂ ਲੈ ਕੇ ਬੇਸਬਰੀਆਂ ਕੀਤੀਆਂ ਜਾਂਦੀਆਂ ਨੇ ਸਬਰਮੰਦਾਂ ਦਾ ਨਾਮ ਲੈ ਕੇ ਬੇਸਬਰੀਆਂ ਕੀਤੀਆਂ ਜਾਂਦੀਆਂ ਪਰਵਾਨੇ ਹੋ ਕੁਰਾਨ ਦੇ ਹੋ ਹਜ਼ਰਤ ਹੁਸੈਨ ਆ ਗਏ ਨੇ ਮੈਦਾਨੇ ਕਰਬੋ ਬਲਾ ਲੱਗ ਗਿਆ ਏ ਇਧਰੋਂ ਸ਼ਾਮੀਆਂ ਦਾ ਲਸ਼ਕਰ ਆ ਗਿਆ ਅਮਰ ਬਿਨ ਅਬਦੁੱਲਾ ਬਿਨ ਹਜ਼ਰਤ ਜਨਾਬ ਹਜ਼ਰਤ ਹੁਸੈਨ ਰਜ਼ੀ ਅੱਲਾਹੁ ਤਾਲਾ ਇਹਨਾਂ ਦੇ ਨਾਲ ਜਿਹੜੇ ਲੋਕ ਨੇ ਇਹ ਵੀ ਆ ਗਏ ਨੇ ਇਧਰੋਂ ਅਮਰ ਬਿਨ ਸਾਦ ਦੀ ਫੌਜਾਂ ਆ ਗਈਆਂ ਉਬੈਦੁੱਲਾ ਬਿਨ ਜ਼ਯਾਦ ਦੀਆਂ ਫੌਜਾਂ ਆ ਗਈਆਂ ਆਮਨੇ ਸਾਹਮਣੇ ਮੈਦਾਨ ਸੱਜ ਗਏ ਆਏ ਇਧਰੋ ਜਨਾਬ ਹੁਸੈਨ ਰਜ਼ੀ ਅੱਲਾਹੁ ਤਾਲਾ ਦੀ ਤਰਫੋਂ ਇੱਕ ਜਵਾਨ ਅੱਗੇ ਵੱਜਦਾ ਏ ਇਧਰੋਂ ਸ਼ਾਮੀਆਂ ਦੀ ਫੌਜਾਂ ਦਾ ਇੱਕ ਜਵਾਨ ਅੱਗੇ ਵੱਜਦਾ ਏ ਇਧਰੋਂ ਕੁਰੈਸ਼ੀ ਜਿਹੜੇ ਨੇ ਇਹ ਸ਼ਾਮੀਆਂ 'ਤੇ ਗਾਲਬ ਆਈ ਜਾਂਦੇ ਨੇ ਪਰਵਾਨੇ ਹੋ ਕੁਰਾਨ ਦੇ ਹੋ ਹੁਣ ਅਬਦੁੱਲਾ ਉਬੈਦੁੱਲਾ ਬਿਨ ਜ਼ਯਾਦ ਦੀ ਫੌਜ ਦੇ ਵਿੱਚੋਂ ਇਹ ਤਾਂ ਇੱਕ ਬਦਬਖਤ ਬੇਈਮਾਨ ਲਾਈ ਜਹੰਨਮ ਦਾ ਕੁੱਤਾ ਬੋਲਿਆ ਆਉਂਦਾ ਏ ਜੇ ਇੱਕ ਇੱਕ ਕਰਕੇ ਲੱਗੇ ਰਹੋਗੇ ਤਾਂ ਆ ਹੁਸੈਨ ਅਤੇ ਹੁਸੈਨ ਦੇ ਸਾਥੀ ਗਾਲਬ ਆ ਜਾਣਗੇ
ਜਾਵਾਂਗੇ ਤੇ ਅਸੀਂ ਸ਼ਿਕਸਤ ਕਰ ਜਾਵਾਂਗੇ। ਅਗਰ ਕੁਛ ਕਰਨਾ ਚਾਹੁੰਦੇ ਹੋ ਨਾ ਫਿਰ ਸਾਰੇ ਰਲ ਕੇ ਇਹਨਾਂ 'ਤੇ ਇਕੱਠਾ ਵਾਰ ਕਰੋ। ਇਸ ਬਦਬਖਤ ਬਸ ਇਹ ਮੂੰਹ ਦੇ ਵਿੱਚੋਂ ਨਿਕਲਣ ਦੀ ਦੇਰ ਏ, ਇਹ ਸਾਰੇ ਕੁਰਸੀਆਂ ਦੇ ਭੁੱਖੇ ਜਹੰਮ ਦੇ ਕੁੱਤੇ ਬਦਬਖਤ ਬੇਈਮਾਨ ਬਗੈਰਤ ਇਨਸਾਨ ਇਹ ਸਾਰੇ ਟੁੱਟ ਪਏ ਮੇਰੇ ਪੈਗੰਬਰ ਦੀ ਆਲ 'ਤੇ। ਇਹ ਲਾਸ਼ੇ ਵਿਛਾਉਂਦੇ ਜਾ ਰਹੇ ਨੇ, ਮੇਰੇ ਪੈਗੰਬਰ ਦੀ ਆਲ ਨੂੰ ਗਿਰਾਉਂਦੇ ਜਾ ਰਹੇ ਨੇ, ਸ਼ਹੀਦ ਕਰਦੇ ਜਾ ਰਹੇ ਨੇ। ਜਨਾਬ ਹੁਸੈਨ ਨੇ ਨਾ ਸਾਰਿਆਂ ਦੀਆਂ ਲਾਸ਼ਾਂ ਨੂੰ ਇਕੱਠੇ ਕਰਦੇ ਜਾ ਰਹੇ ਨੇ ਅਤੇ ਆਪ ਦੀ ਚੋਲੀ ਦੇ ਅੰਦਰ ਇੱਕ ਲਾਸ਼ਾ ਆ ਗਿਰੇ ਹੈ। ਇਹ ਹਜ਼ਰਤ ਅਬਦੁੱਲਾ ਦਾ ਲਾਸ਼ਾ ਹੈ। ਇਹ ਕੌਣ ਅਬਦੁੱਲਾ ਹੈ? ਇਹ ਜਨਾਬ ਹਸਨ ਦਾ ਬੇਟਾ ਅਬਦੁੱਲਾ ਹੈ। ਆਉਂਦੇ ਨੇ ਇਸ ਬਿਰ ਯਾ ਅਬਦੁੱਲਾ ਅਬਦੁੱਲਾ ਸਬਰ ਕਰਦਾ ਹੈ। ਆਪਣੇ ਬੇਟੇ ਨੂੰ ਸਬਰ ਦੀ ਤੰਕੀਦ ਕੀਤੀ ਹੈ, ਆਪਣੇ ਭਤੀਜੇ ਨੂੰ ਪਰਵਾਹ ਨਹੀਂ ਉਹ ਕੁਰਾਨ ਦੇ ਉਹ ਇਹਨਾਂ ਸਾਰਿਆਂ ਨੂੰ ਗਿਰਾ ਦਿੱਤਾ ਹੈ। ਜਨਾਬ ਹੁਸੈਨ ਰਜ਼ੀ ਅੱਲਾਹੁ ਤਾਲਾ ਆਪਦਾ ਮਾਸੂਮ ਜਿਹਾ ਬੇਟਿਆ ਆਪਣੇ ਮਾਸੂਮ ਜੇ ਬੇਟੇ ਨੂੰ ਦੇਖਿਆ ਜਿਹੜਾ 6 ਮਾਹ ਦਾ ਬੇਟਾ ਏ, ਉਹਨੂੰ ਮੁਖਾਤਿਬ ਹੋ ਕੇ ਆਉਂਦੇ ਨੇ, ਓਏ ਕੂਫੀਓ ਇਹ ਮੇਰੇ ਨਾਲ ਤੇ ਦੁਸ਼ਮਣੀਆਂ ਜੇ, ਆ ਮਾਸੂਮ ਜੇ 6 ਮਾਹ ਦੇ ਫੁੱਲ ਦੇ ਨਾਲ ਕੀ ਦੁਸ਼ਮਣੀਆਂ ਹੋਣਗੀਆਂ, ਕਈ ਦਿਨਾਂ ਤੋਂ ਪਾਣੀ ਬੰਦ ਏ, ਓਏ ਅੱਜ ਦਿਲ ਖੂਨ ਦੇ ਅੰਸੂਰ ਹੁੰਦਾ ਏ। ਹੁਸੈਨ ਕਰਬਲਾ ਦੇ ਅੰਦਰ ਪਿਆਸਾ, ਹੁਸੈਨ ਕਰਬਲਾ ਦੇ ਅੰਦਰ ਭੁੱਖਾ, ਅੱਜ ਹੁਸੈਨ ਦੀ ਯਾਦ ਦੇ ਅੰਦਰ ਨਿਆਜ਼ਾਂ ਬਣੀਆਂ ਜਾਂਦੀਆਂ ਨੇ, ਸਬੀਲੇ ਹੁਸੈਨ ਲਗਾਈ ਜਾਂਦੀ ਹੈ, ਹੁਸੈਨ ਦੇ ਨਾਮ 'ਤੇ ਖੀਰਾਂ ਵੰਡੀਆਂ ਜਾਂਦੀਆਂ ਨੇ। 10 ਮੁਹਰਮ ਉਲ ਹਰਾਮ ਦੇ ਅੰਦਰ ਖੀਰਾਂ ਵੰਡੀਆਂ ਜਾ ਰਹੀਆਂ ਨੇ, ਦੇਗਾਂ ਪੱਕ ਰਹੀਆਂ ਨੇ, ਹਲਵੇ ਜਲਵੇ ਫਿਰਨੀ ਸ਼ਿਰਨੀ ਚੱਲ ਰਹੀ ਹੈ। ਪਰਵਾਨੇ ਉਹ ਕੁਰਾਨ ਦੇ ਉਹ ਹਜ਼ਰਤ ਹੁਸੈਨ ਨੇ ਆਪਣੇ ਮਾਸੂਮ ਜੇ ਬੱਚੇ ਵਾਸਤੇ ਪਾਣੀ ਮੰਗਿਆ, ਜਵਾਬ ਨਹੀਂ ਆਇਆ। ਜਵਾਬ ਦੇ ਅੰਦਰ ਇੱਕ ਤੀਰ ਆਇਆ ਏ, ਜਿਹੜਾ ਤੀਰ ਆ ਕੇ ਆਪਦੇ ਬੇਟੇ ਦੇ ਹਲਕ ਦੇ ਅੰਦਰ ਲੱਗ ਗਿਆ ਏ। ਪਰਵਾਨੇ ਉਹ ਕੁਰਾਨ ਦੇ ਉਹ ਕੈਸਾ ਉਹ ਬਾਪ ਏ, ਕੈਸੀਆਂ ਹਿੰਮਤਾਂ ਵਾਲਾ ਬਾਪ ਏ, ਜਿਸ ਬਾਪ ਨੇ ਬੇਟੇ ਨੂੰ ਇੰਜ ਨੀਚੇ ਲਟਾਇਆ ਅਤੇ ਬੇਟੇ ਦੇ ਹਲਕ ਦੇ ਵਿੱਚੋਂ ਤੀਰ ਨਿਕਾਲਿਆ, ਖੂਨ ਦਾ ਫਵਾਰਾ ਨਿਕਲਿਆ ਏ, ਖੂਨ ਦਾ ਫਵਾਰਾ ਨਿਕਲਿਆ, ਖੂਨ ਇਕੱਠਾ ਕਰਕੇ ਅਸਮਾਨਾਂ ਦੀ ਤਰਫ ਉਛਾਲ ਦਿੱਤਾ। ਪਰਵਾਹ ਨਹੀਂ ਉਹ ਕੁਰਾਨ ਦੇ ਉਹ ਮੈਨੂੰ ਯਾਦ ਆਏ ਹਜ਼ਰਤ ਯਜ਼ਦਾਨੀ ਸ਼ਹੀਦ ਆਉਂਦੇ ਨੇ, ਜੋ ਜਵਾਂ ਬੇਟੇ ਕੀ ਮਈਅਤ ਪਰ ਨ ਰੋਇਆ ਵੋ ਹੁਸੈਨ, ਜਿਸ ਨੇ ਆਪਣਾ ਸਭ ਕੁਛ ਖੋ ਕੇ ਵੀ ਕੁਛ ਨਾ ਖੋਇਆ ਵੋ ਹੁਸੈਨ। ਪਰਵਾਨੇ ਹੋ ਕੁਰਾਨ ਦੇ ਹੋ, ਇਧਰੋਂ ਇੱਕ ਬਦਬਖਤ ਬੇਈਮਾਨ ਜਹੰਮ ਦਾ ਕੁੱਤਾ ਮਲਉਨ ਲਾਂਤੀ ਅੱਗੇ ਆਇਆ ਏ, ਇਹਨੇ ਵਾਰ ਕੀਤਾ ਹਜ਼ਰਤ ਹੁਸੈਨ ਦੀ ਗਰਦਨ ਤਨ ਤੋਂ ਜੁਦਾ ਹੋ ਗਈ। ਇੰਨਾ ਲਿਲਾਹੀ ਵ ਇੰਨਾ ਇਲੈਹੀ ਰਾਜਿਊਨ। ਪਰਵਾਨੇ ਹੋ ਕੁਰਾਨ ਦੇ ਹੋ, ਇਹ ਅੱਜ ਦੇਖਦੇ ਸਹੀ ਆ ਤੇਰੇ ਸਿਆਲਕੋਟ ਦੇ ਅੰਦਰ, ਅੱਲਾ ਨਾ ਕਰੇ ਲੱਖ ਵਾਰ ਅੱਲਾ ਨਾ ਕਰੇ ਕਿਸੇ ਘਰ ਦੇ ਵਿੱਚੋਂ ਬਹੁਤੇ ਨਹੀਂ ਤੇ ਇੱਕ ਵਕਤ ਦੇ ਅੰਦਰ 2 ਤੋਂ 3 ਜਣਾਂ ਦੇ ਵੀ ਨਿਕਲ ਜਾਣਾ ਪੂਰੇ ਸਿਆਲਕੋਟ ਦੇ ਅੰਦਰ ਥਰਥਲੀ ਮੱਚ ਜਾਏਗੀ। ਫਲਾ ਜਗ੍ਹਾ 'ਤੇ 3 ਜਨਾਜ਼ੇ ਇੱਕੋ ਘਰ ਦੇ, ਬਾਇਕ ਵਕਤ 3 ਜਨਾਜ਼ੇ ਨਿਕਲੇ ਦੇ ਪੂਰੇ ਸਿਆਲਕੋਟ ਦੇ ਅੰਦਰ ਥਰਥਲੀ ਮੱਚ ਜਾਏਗੀ। ਮੈਨੂੰ ਅੱਜ ਵੀ ਯਾਦ ਹੈ ਸਾਡੇ ਕਿਲ੍ਹਾ ਦੀਦਾਰ ਸਿੰਘ ਦੇ ਅੰਦਰ ਇੱਕ ਵਕਤ 'ਤੇ ਇੱਕ ਘਰ ਦੇ 7 ਅਫਰਾਦ ਫੋਤ ਹੋਏ, ਸਾਰਾ ਕਿਲਾ ਉੱਥੇ ਇਕੱਠਾ ਹੋ ਗਿਆ। ਪਰਵਾਨੇ ਹੋ ਕੁਰਾਨ ਦੇ ਹੋ, ਕਦੀ ਸੋਚਿਆ ਕਰਨਾ ਮੇਰੇ ਹੁਸੈਨ ਦੇ ਘਰ ਦਾ ਕੀ ਹਾਲ ਹੋਇਆ ਹੋਏਗਾ, ਜਿਸ ਘਰ ਦੇ ਅੰਦਰ ਇੱਕ ਵਕਤ ਦੇ ਅੰਦਰ 72 ਲਾਸ਼ੇ ਗਏ ਹੋਣਗੇ। ਪਰਵਾਨੇ ਹੋ ਕੁਰਾਨ ਦੇ ਹੋ, ਹਜ਼ਰਤ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹੁ ਤਾਲਾ ਫਰਮਾਉਂਦੇ ਨੇ, ਮੈਂ ਖਾਬ ਅੰਦਰ ਦੇਖਿਆ ਏ ਜਗ੍ਹਾ ਦੇ ਪੀਰ ਅਲੈਹਿ ਸਲਾਤੁ ਵਸਲਾਮ ਦੀ ਹੱਥ ਦੇ ਅੰਦਰ ਇੱਕ ਬੋਤਲ ਏ ਅਤੇ ਆਪ ਖੂਨ ਇਕੱਠਾ ਕਰਕੇ ਬੋਤਲ ਦੇ ਅੰਦਰ ਡਾਲ ਰਹੇ ਨੇ। ਮੈਂ ਕਿਹਾ ਮਹਬੂਬਾ ਏ ਕਿਹਦਾ ਖੂਨ ਏ ਅਤੇ ਕਿਉਂ ਕਰ ਰਹੇ ਹੋ? ਫਰਮਾਇਆ ਇਹ ਮੇਰੀ ਆਲ ਦਾ ਖੂਨ ਏ, ਇਹ ਮੇਰੇ ਅਹਲ ਦਾ ਖੂਨ ਏ, ਇਹ ਮੇਰੇ ਨਵਾਸੇ ਅਤੇ ਉਹਦੇ ਨਾਲ ਦੇ ਸਾਥੀਆਂ ਦਾ ਖੂਨ ਏ। ਪਰਵਾਨੇ ਹੋ ਕੁਰਾਨ ਦੇ ਹੋ, ਹਜ਼ਰਤ ਅਬਦੁੱਲਾ ਬਿਨ ਅਬਾਸ ਰਜ਼ੀ ਅੱਲਾਹੁ ਤਾਲਾ ਬਿਆਨ ਕਰਦੇ ਨੇ, ਆਉਂਦੇ ਨੇ ਮੈਂ ਵਕਤ ਵੀ ਯਾਦ ਰੱਖਿਆ, ਦਿਨ ਵੀ ਯਾਦ ਰੱਖਿਆ ਅਤੇ ਜਦੋਂ ਮੈਨੂੰ ਹੁਸੈਨ ਦੀ ਸ਼ਹਾਦਤ ਦੀ ਖਬਰ ਮਿਲੀ, ਵਕਤ ਵੀ ਹੋਈਏ ਦਿਨ ਵੀ ਹੋਈਏ, ਇੰਨਾ ਲਿਲਾਹੀ ਵਾ ਇੰਨਾ ਇਲੈਹਿ ਰਾਜਿਊਨ। ਪਰਵਾਨੇ ਹੋ ਕੁਰਾਨ ਦੇ ਹੋ, ਹਜ਼ਰਤ ਮੈਂ ਇੱਕ ਸਹੀ ਜਾਮੇ ਮਿਸ਼ਕਾਤੁਲ ਮਸਾਬੀ ਦਾ ਹਾਸ਼ੀਆ ਦੇਖਿਆ, ਉਹਦੇ ਅੰਦਰ ਹਜ਼ਰਤ ਲਿਖਦੇ ਨੇ ਮੌਲਾਨਾ ਅਬਦੁੱਲਾ ਸਲਫੀ ਰਾਹੀਮਾਹੁੱਲਾ ਆਉਂਦੇ ਨੇ ਕਿ ਇਸ ਰਵਾਇਤ ਤੋਂ ਪਤਾ ਇਹ ਲੱਗਦਾ ਏ ਕਿ ਜਨਾਬ ਹੁਸੈਨ ਦੀ ਸ਼ਹਾਦਤ ਦਾ ਸੋਗ
ਖਾਲੀ ਦੁਨੀਆ ਤੇ ਨਹੀਂ ਆਲਮੇ ਅਰਵਾਹ ਤੇ ਵੀ ਮਨਾਇਆ ਗਿਆ। ਪਰਵਾਨੇ ਹੋ ਕੁਰਾਨ ਦੇ ਹੋ, ਹੁਣ ਜਿੰਨਾ ਸ਼ਹੀਦ ਕੀਤਾ ਹਜ਼ਰਤ ਹੁਸੈਨ ਨੂੰ, ਇਹਨਾਂ ਨੇ ਕੀ ਕੀਤਾ ਏ, ਲਾਸ਼ਾ ਜਿਹੜਾ ਏ ਉਹਨੂੰ ਕਰਬਲਾ ਦੇ ਅੰਦਰ ਹੀ ਛੋੜ ਦਿੱਤਾ ਏ ਅਤੇ ਆਪ ਦਾ ਸਰ ਮੁਬਾਰਕ ਨੇੜੇ ਦੇ ਉੱਪਰ ਰੱਖ ਕੇ ਅਤੇ ਇੰਝ ਲੈ ਗਏ ਨੇ, ਜਾ ਕੇ ਉਬੈਦੁੱਲਾ ਬਿਨ ਜ਼ਿਆਦ ਦੇ ਅੱਗੇ ਰੱਖ ਦਿੱਤਾ ਟੇਬਲ ਦੇ ਉੱਪਰ। ਉਬੈਦੁੱਲਾ ਬਿਨ ਜ਼ਿਆਦ, ਇਹ ਮੇਰੇ ਹਜ਼ਰਤ ਹੁਸੈਨ ਦੇ ਚਿਹਰੇ 'ਤੇ ਸੋਟੀਆਂ ਪਿਆ ਮਾਰਦਾ ਏ, ਛੜੀਆਂ ਪਿਆ ਲਗਾਉਂਦਾ ਏ, ਅਤੇ ਕੋਲ ਇੱਕ ਸਹਾਬੀ ਏ ਰਸੂਲ ਏ ਜਿਹੜਾ ਬੜਾ ਹੀ ਬਜ਼ੁਰਗ ਏ, ਆਉਂਦੇ ਨੇ ਚੀਖਾਂ ਮਾਰ ਕੇ ਰੋ ਪਏ, ਆਉਂਦੇ ਨੇ ਉਹ ਬਦਬਖਤਾ ਲਾਂਤੀਆ, ਬਦਬਖਤਾ ਲਾਂਤੀਆ, ਉਸ ਚਿਹਰੇ 'ਤੇ ਮਾਰਿਆ ਏ ਜਿਸ ਚਿਹਰੇ ਨੂੰ ਆਮਿਨਾ ਦਾ ਲਾਲ ਚੁੰਮਿਆ ਕਰਦਾ ਸੀ। ਹੁਣ ਉਬੈਦੁੱਲਾ ਬਿਨ ਜ਼ਿਆਦ ਦਾ ਕੀ ਹਾਲ ਹੋਇਆ? ਵਕਤ ਗੁਜ਼ਰਿਆ, ਜਦੋਂ ਉਬੈਦੁੱਲਾ ਬਿਨ ਜ਼ਿਆਦ ਫੋਤ ਹੋ ਗਿਆ, ਮਲੂਨ ਲਾਂਤੀ, ਜਹਨਮ ਦਾ ਕੁੱਤਾ, ਜਹਨਮ ਦਾ ਇੰਧਨ, ਜਹਨਮ ਦਾ ਬਾਲਣ, ਇਹ ਜਦੋਂ ਮਰ ਗਿਆ ਨਾ, ਰੌਲਾ ਪੈ ਗਿਆ, ਉਬੈਦੁੱਲਾ ਬਿਨ ਜ਼ਿਆਦ ਫੋਤ ਹੋ ਗਿਆ ਏ। ਇਹਨਾਂ ਇੰਝ ਕੂਫੇ ਦੇ ਇੱਕ ਚੌਂਕ ਦੇ ਅੰਦਰ ਉਬੈਦੁੱਲਾ ਬਿਨ ਜ਼ਿਆਦ ਦੀ ਲਾਸ਼ ਨੂੰ ਵਿਛਾ ਦਿੱਤਾ ਏ। ਰੌਲਾ ਪੈ ਗਿਆ, ਸੱਪ ਆ ਗਿਆ, ਸੱਪ ਆ ਗਿਆ, ਸੱਪ ਆ ਗਿਆ, ਲੋਕ ਪਿੱਛੇ ਹੋ ਗਏ ਨੇ। ਇਹ ਸੱਪ ਉਬੈਦੁੱਲਾ ਬਿਨ ਜ਼ਿਆਦ ਦੇ ਨੱਕ ਦੇ ਅੰਦਰੋਂ ਇਹਦੇ ਅੰਦਰ ਦਾਖਲ ਹੋਇਆ ਅਤੇ ਡੰਗ ਮਾਰਦਾ ਉਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਇਹਨੇ ਹਜ਼ਰਤ ਹੁਸੈਨ ਨੂੰ ਛੜੀਆਂ ਲਗਾਈਆਂ ਸਨ। ਮੈਂ ਕਹਿੰਦਾ ਵਾਂ, ਅੱਲਾ ਦੁਨੀਆ 'ਤੇ ਹੀ ਨਿਜ਼ਾਮ ਦਿਖਾ ਦਿੰਦਾ ਏ, ਅਹਲੇ ਬੈਤ ਦੇ ਨਾਲ ਜਿਹੜਾ ਲੋਕ ਵਫਾਦਾਰੀਆਂ ਕਰਦੇ ਨੇ, ਰੱਬ ਉਹਨਾਂ ਦੇ ਨਤੀਜੇ ਵੀ ਦਿਖਾ ਦਿੰਦਾ ਏ, ਜਿਹੜੇ ਅਹਲੇ ਬੈਤ ਦੇ ਨਾਲ ਬੇਵਫਾਈਆਂ ਔਰ ਬਦਸਲੂਕੀ ਕਰਦੇ ਨੇ, ਅੱਲਾ ਉਹਨਾਂ ਦੇ ਵੀ ਨਤੀਜੇ ਦਿਖਾ ਦਿੰਦਾ ਏ। ਪਰਵਾਹ ਨਹੀਂ ਹੋ ਕੁਰਾਨ ਦੇ ਹੋ, ਮੈਂ ਆਖਰ 'ਤੇ ਇੱਕ ਜੁਮਲਾ ਸੁਣਾਉਣਾ ਚਾਹੁੰਦਾ ਜਨਾਬ ਹਜ਼ਰਤ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਬਾਰੇ। ਪਰਵਾਹ ਨਹੀਂ ਹੋ ਕੁਰਾਨ ਦੇ ਹੋ, ਆਖਰੀ ਕਲਾਮ 'ਤੇ ਮੇਰਾ ਸਲਾਮ ਏ। ਸੂਵੇ ਕਰਬਲ, ਸੂਵੇ ਕਰਬਲ ਹੁਆ ਜੋ ਰਵਾਨਾ, ਵੋ ਹੈ ਹਜ਼ਰਤ ਅਲੀ ਕਾ ਗਰਾਨਾ। ਅੱਲਾ 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 ਵੋ ਹੁਸੈਨ, ਅੱਲਾ ਅੱਲਾ ਵੋ ਹੁਸੈਨ, ਸੈਯਦਾ ਕੇ ਦਿਲ ਕਾ ਚੈਨ, ਅੱਲਾ ਅੱਲਾ ਵੋ ਹੁਸੈਨ, ਸੈਯਦਾ ਕੇ ਦਿਲ ਕਾ ਚੈਨ, ਅੱਲਾ ਅੱਲਾ ਵੋ ਹੁਸੈਨ, ਜਾਨੇ ਸ਼ਾਹੇ ਮਸ਼ਰਕੈਨ, ਅੱਲਾ ਅੱਲਾ ਵੋ ਹੁਸੈਨ, ਮੁਰਤਜ਼ਾ ਕੇ ਦਿਲ ਕਾ ਚੈਨ, ਅੱਲਾ ਅੱਲਾ ਵੋ ਹੁਸੈਨ, ਜਾਨੇ ਸ਼ਾਹੇ ਮਸ਼ਰਕੈਨ। ਸੋਵੇਂ ਕਰਬਲ, ਸੋਵੇਂ ਕਰਬਲ ਹੁਆ ਜੋ ਰਵਾਨਾ, ਵੋ ਹੈ ਹਜ਼ਰਤ ਅਲੀ ਕਾ ਗਰਾਨਾ। ਸੈਯਦਾ ਫਾਤਿਮਾ ਕੇ ਹੈ ਲਖਤੇ ਜਿਗਰ, ਜਿਨਕੇ ਘਰ ਕੇ ਹੈ ਦਰਬਾਨ ਜਿਨੋ ਬਸ਼ਰ। ਸੈਯਦਾ ਫਾਤਿਮਾ ਕੇ ਹੈ ਲਖਤੇ ਜਿਗਰ, ਜਿਨਕੇ ਘਰ ਕੇ ਹੈ ਦਰਬਾਨ ਜਿਨੋ ਬਸ਼ਰ। ਕਰਦੀਏ ਜਿਨਕੇ ਨਾਨਾ ਨੇ ਟੁਕਰੇ ਕਮਰ, ਕਰਦੀਏ ਜਿਨਕੇ ਨਾਨਾ ਨੇ ਟੁਕਰੇ ਕਮਰ, ਜਿਨਕੇ ਬਾਬਾ ਸੇ ਥਰਾਏ ਖੈਬਰ ਕੇ ਦਰ। ਜਿਨਕੀ ਸੂਰਤ ਹੈ ਨੂਰਾਨੀ, ਜਿਨਕੀ ਸੂਰਤ ਹੈ ਨੂਰਾਨੀ, ਜਿਨਕੀ ਸੀਰਤ ਹੈ ਕੁਰਾਨੀ, ਜਿਨਕੀ ਸੂਰਤ ਹੈ ਨੂਰਾਨੀ, ਜਿਨਕੀ ਸੀਰਤ ਹੈ ਕੁਰਾਨੀ, ਜਿਨ ਪੇ ਕੁਰਬਾਨ ਸਾਰਾ ਜ਼ਮਾਨਾ, ਵੋ ਹੈ ਹਜ਼ਰਤ ਅਲੀ ਕਾ ਗਰਾਨਾ। ਅੱਲਾ ਅੱਲਾ ਵੋ ਹੁਸੈਨ, ਸੈਯਦਾ ਕੇ ਦਿਲ ਕਾ ਚੈਨ, ਅੱਲਾ ਅੱਲਾ ਵੋ ਹੁਸੈਨ, ਜਾਨੇ ਸ਼ਾਹੇ ਮਸ਼ਰਕੈਨ, ਅੱਲਾ ਅੱਲਾ ਵੋ ਹੁਸੈਨ, ਮੁਰਤਜ਼ਾ ਕੇ ਦਿਲ ਕਾ ਚੈਨ। ਸੂਵੇ ਕਰਬਲ, ਸੂਵੇ ਕਰਬਲ ਹੁਆ ਜੋ ਰਵਾਨਾ, ਵੋ ਹੈ ਹਜ਼ਰਤ ਅਲੀ ਕਾ ਗਰਾਨਾ। ਈਦ ਕੇ ਦਿਨ ਹੁਸੈਨੋ ਹਸਨ ਨੇ ਕਹਾ, ਹਮ ਨਜਾ ਆਜ ਹਮ ਦੋਨੋ ਪਹਿਨੇਂਗੇ ਕਿਆ। ਰੋਪਰੀ ਫਾਤਿਮਾ ਹੁਕਮ ਰੱਬ ਕਾ ਹੁਆ, ਰੋਪਰੀ ਫਾਤਿਮਾ ਹੁਕਮ ਰੱਬ ਕਾ ਹੁਆ, ਖੁਲਦ ਸੇ ਜਿਬਰੀਲ ਜੋਰ ਲੇ ਕਰਕੇ ਜਾ। ਬਾਗੇ ਜੰਨਤ ਕੇ ਵੋ ਫੂਲ ਵੋ ਨਵਾਸਾ ਏ ਰਸੂਲ, ਬਾਗੇ ਜੰਨਤ ਕੇ ਵੋ ਫੂਲ ਵੋ ਨਵਾਸਾ ਏ ਰਸੂਲ, ਕੈਸੇ ਪਹਿਨੇਂਗੇ, ਕੈਸੇ ਪਹਿਨੇਂਗੇ, ਕੈਸੇ ਪਹਿਨੇਂਗੇ ਜੋਰੇ ਪੁਰਾਨੇ, ਕੈਸੇ ਪਹਿਨੇਂਗੇ
कपरा पुराना, वो है हजरत अली का घराना। अल्लाह अल्लाह वो हुसैन, सैयदा के दिल का चैन। अल्लाह अल्लाह वो हुसैन, जाने शाखे मशरकैन। अल्लाह अल्लाह वो हुसैन, मुर्तजा के दिल का चैन। सुवे करबल हुआ जो रवाना, वो है हजरत अली का घराना। आफताब रिसालत की नूरी किरण है अली फातिमा और हुसैन हसन, जिनको आका चुसाए लो आबे दोहन, जिनको आका चुसाए लो आबे दोहन, जिनको आका चुसाए लो आबे दोहन, जिनकी राहों में गिलमा बिछाए नयन, जिनका रुतबा है शहाना, जिनका रुतबा है शहाना, जिनका हर कोई दीवाना, जिनका रुतबा है शहाना, जिनका हर कोई दीवाना, हर जबां पर है जिनका तराना, वो है हजरत अली का घराना। सुवे करबल हुआ जो रवाना, वो है हजरत अली का घराना। अल्लाह अल्लाह वो हुसैन, अल्लाह 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 वो हुसैन, सैयदा के दिल का चैन। अल्लाह अल्लाह वो हुसैन, जाने शाहे मशरकैन। अल्लाह अल्लाह वो हुसैन, मुर्तजा के दिल का चैन। अल्लाह अल्लाह वो हुसैन, यहया के हैं दिल का चैन। इन्नमा युरीदुल्लाहु लियुज़हिबा अन्कुमुर रिज्सा अहलल बैत वयुतहिरकुम ततहीरा व आखिरु दावाया अनिल हम्दुलिल्लाहि रब्बिल आलमीन।